ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਈਵਨਿੰਗ, ਨਮਸਤੇ, ਸਤਿ ਸ਼੍ਰੀ ਅਕਾਲ ਜੀ ਦੁਬਾਰਾ ਫਿਰ ਸਾਰਿਆਂ ਨੂੰ। ਔਰ ਸ਼੍ਰੀ ਰਾਮ ਕੋਚਿੰਗ ਸੈਂਟਰ ਸਦੂਗਲ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜੀ ਆਪਣੀ 10th ਵਾਲੀ ਸੀਰੀਜ਼ ਇੱਕ ਸਟਾਰਟ ਕੀਤੀ ਹੋਈ ਹੈ, ਉਸ ਨੂੰ ਕੰਟੀਨਿਊ ਕਰਾਂਗੇ। ਉਸ ਤੋਂ ਪਹਿਲਾਂ ਮੈਂ ਛੋਟੀ ਜਿਹੀ ਜਾਣਕਾਰੀ, ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਲਾਂ ਜੀ। ਤਾਂ ਰਾਜੇ, ਆਪਣੇ ਜੋ ਸੈਂਟਰ ਦਾ ਨਾਮ ਹੈਗਾ ਉਹ ਹੈਗਾ ਸ਼੍ਰੀ ਰਾਮ ਕੋਚਿੰਗ ਸੈਂਟਰ, ਔਰ ਜੋ ਐਪ ਦਾ ਨਾਮ ਹੈਗਾ ਉਹ ਹੈਗਾ ਜੀ ਕੋਚਿੰਗ ਵਿਦ ਰਾਧੇ ਸਰ, ਕੋਚਿੰਗ ਵਿਦ ਰਾਧੇ ਸਰ। ਇਸ ਤੋਂ ਇਲਾਵਾ ਰਾਜੇ, ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਐਗਜ਼ਾਮ 2024 ਸਪੈਸ਼ਲ ਬੈਚ ਆ ਰਾਜੇ, ਅਨਾਊਂਸ ਆ ਜਿਹੜਾ ਉਹ ਕਰ ਚੁੱਕੇ ਹਾਂ ਅਸੀਂ ਐਪ ਦੇ ਉੱਪਰ। ਔਰ ਤੁਸੀਂ ਇਹ ਦੇਖ ਸਕਦੇ ਹੋ ਪ੍ਰਾਈਜ਼ ਆ ਜਿਹੜਾ ਰਾਜੇ ਬਿਲਕੁਲ ਕੀ ਹੈ, ਲੋਐਸਟ ਹੈ 199 ਦੇ ਵਿੱਚ ਤੁਹਾਨੂੰ ਪੂਰੇ ਦਾ ਪੂਰਾ ਰਾਜੇ ਕੰਪਲੀਟ ਸਪੈਸ਼ਲ ਪੰਜਾਬ ਪੁਲਿਸ ਦਾ ਕੰਟੈਂਟ ਮਿਲੇਗਾ, ਜਾਂ ਇਹ ਕਹਿ ਲਓ ਕਿ ਪੰਜਾਬ ਪੁਲਿਸ ਨਾਲ ਰਿਲੇਟਡ ਜੋ ਵੀ ਹੈ ਉਹ ਪ੍ਰੋਵਾਈਡ ਕਰਵਾਇਆ ਜਾਏਗਾ। ਇਸ ਤੋਂ ਇਲਾਵਾ ਪੰਜਾਬ ਦੇ ਜਿੰਨੇ ਵੀ ਆਉਣ ਵਾਲੇ ਐਗਜ਼ਾਮ ਨੇ, ਚਾਹੇ ਉਹ ਪਟਵਾਰੀ ਨੂੰ ਲੈ ਲਓ, ਕੋਈ ਵੀ ਰਾਜੇ ਜੋ ਐਗਜ਼ਾਮ ਆਉਣਗੇ, ਉਹ ਸਾਰਿਆਂ ਦੇ ਲਈ ਇਹੀ ਕੋਰਸ ਕੀ ਰਹਿਣ ਵਾਲਾ ਵੀ ਹੈਲਪਫੁਲ ਰਹਿਣ ਵਾਲਾ। ਔਰ ਦੇਖੋ ਸਭ ਤੋਂ ਪਹਿਲਾਂ ਜੋ ਫੀਚਰਸ ਨੇ ਰਾਜੇ, ਫੀਚਰਸ ਕੀ ਨੇ, ਲਾਈਵ ਕਲਾਸਿਸ ਤੁਹਾਨੂੰ ਮਿਲਣਗੀਆਂ, ਕਲਾਸ ਨੋਟਸ ਤੁਹਾਨੂੰ ਮਿਲਣਗੇ, ਔਰ ਜੋ ਲਾਈਵ ਕਲਾਸ ਹੋਏਗੀ ਰਾਜੇ ਉਸ ਤੋਂ ਬਾਅਦ ਉਹ ਕਲਾਸ ਐਪ ਦੇ ਉੱਪਰ ਰਿਕਾਰਡ ਹੋ ਜਾਏਗੀ। ਤੁਸੀਂ ਚਾਹੇ ਉਹਨੂੰ 5 ਵਾਰੀ ਦੇਖੋ, 10 ਵਾਰੀ ਦੇਖੋ, ਜਦੋਂ ਤੁਹਾਡੇ ਕੋਲ ਟਾਈਮ ਹੋਏਗਾ ਤੁਸੀਂ ਉਦੋਂ ਉਸ ਕਲਾਸ ਨੂੰ ਦੇਖ ਸਕਦੇ ਹੋ, ਡੋਂਟ ਵਰੀ। ਥਰਡ ਰਾਜੇ, ਮੋਕ ਟੈਸਟ, ਡਾਊਟ ਗਰੁੱਪ ਹੈਗਾ, ਔਰ ਟੀਚਰ ਅਜੇ ਐਕਸਪੀਰੀਅੰਸ ਨੇ, ਉਸਦਾ ਸਾਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਯੂਟਿਊਬ 'ਤੇ ਜਦੋਂ ਕਲਾਸ ਲੈਂਦੇ ਹਾਂ ਜਾਂ ਆਫਲਾਈਨ ਪੜ੍ਹਾਉਂਦੇ ਹਾਂ ਰਾਜੇ, ਸਿੱਧਾ ਕਹਿੰਦੇ ਕਿ ਸਾਡੇ ਕੋਲ ਪ੍ਰੋਬਲਮ ਲੈ ਕੇ ਆਓ ਤੁਹਾਡੀ, ਜਿੱਦਾਂ ਦੀਆਂ ਤੁਹਾਡੀਆਂ ਪ੍ਰੋਬਲਮਸ ਹੋਣਗੀਆਂ ਅਸੀਂ ਨਾਲ ਦੀ ਨਾਲ ਕੀ ਕਰਵਾਵਾਂਗੇ ਭਾਈ, ਸੋਲਵ ਕਰਵਾਵਾਂਗੇ। ਸੋ ਹੁਣ ਆਪਾਂ ਰਾਜੇ ਮਾਂ ਸਰਸਵਤੀ ਦਾ ਨਾਮ ਲੈ ਕੇ ਆਪਣੀ ਜਿਹੜੀ ਕਲਾਸ ਆ ਉਹਨੂੰ ਕੰਟੀਨਿਊ ਕਰਾਂਗੇ, ਅਤੇ ਆਸ ਕਰਦਾਂ ਕਿ ਤੁਸੀਂ ਵੀ ਸਾਰੇ ਮੇਰਾ ਸਾਥ ਦਿਓਗੇ, ਕਿਉਂਕਿ ਰਾਜੇ ਟੀਚਰ ਵੀ ਕਿਹਦੇ ਨਾਲ ਹੈ, ਸਟੂਡੈਂਟ ਦੇ ਨਾਲ ਹੀ ਹੈ। ਤਾਂ ਆ ਜਾਓ ਫਿਰ ਇੱਕ ਵਾਰ ਫਿਰ। ਤਾਂ ਕੱਲ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਵੀ ਪ੍ਰੈਜੈਂਟ ਪਰਫੈਕਟ ਅਤੇ ਪਾਸਟ ਪਰਫੈਕਟ, ਅਤੇ ਅੱਜ ਆਪਾਂ ਇਹ ਡਿਸਕਸ ਕਰਾਂਗੇ, ਆਪਣੇ ਆਪ ਹੀ ਦੱਸ ਦਿਓ ਤੁਸੀਂ, ਅੱਜ ਆਪਾਂ ਡਿਸਕਸ ਕਰਾਂਗੇ ਜੀ ਫਿਊਚਰ ਪਰਫੈਕਟ। ਲਓ ਵੀ ਹੈਡਿੰਗ ਪਾ ਲੈਂਦੇ ਜੀ ਆਪਾਂ, ਸਭ ਤੋਂ ਪਹਿਲਾਂ ਸਾਡਾ ਟੈਂਸ ਹੈਗਾ ਜੀ ਫਿਊਚਰ ਪਰਫੈਕਟ, ਫਿਊਚਰ ਪਰਫੈਕਟ ਟੈਂਸ। ਔਰ ਰਾਜੇ ਪਰਫੈਕਟ ਦਾ ਤਾਂ ਆਪਾਂ ਨੂੰ ਕਲੀਅਰ ਹੋ ਹੀ ਗਿਆ ਕਿ ਕੰਮ ਕੀ ਹੁੰਦਾ ਭਾਈ, ਖਤਮ ਹੁੰਦਾ, ਕੰਮ ਕੀ ਹੁੰਦਾ, ਖਤਮ ਹੁੰਦਾ, ਐਕਸ਼ਨ ਖਤਮ। ਨੈਕਸਟ ਰਾਜੇ ਫਿਰ ਜੇ ਫਿਊਚਰ ਦੀ ਗੱਲ ਕਰ ਰਿਹਾ ਇਹ, ਤਾਂ ਫਿਰ ਮੈਂ ਇਹ ਸੋਚੂੰਗਾ ਕਿ ਕੰਮ ਕਿਹਦੇ ਵਿੱਚ ਖਤਮ ਹੋਊਗਾ ਜਾ ਕੇ, ਫਿਊਚਰ ਦੇ ਵਿੱਚ ਜਾ ਕੇ ਕੰਮ ਨੇ ਖਤਮ ਹੋਣਾ, ਤਾਂ ਮੈਂ ਕਹੂੰਗਾ ਰਾਜੇ ਚੁੱਕਾ ਹੋਵੇਗਾ, ਫਿਰ ਕਹੂੰਗਾ ਚੁੱਕੀ ਹੋਵੇਗੀ, ਐਟਸੀਟਰਾ। ਔਰ ਇਹਦੇ ਜਦੋਂ ਮੈਂ ਇਹਦਾ ਅਫਿਰਮੇਟਿਵ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਇਸਦਾ ਅਫਿਰਮੇਟਿਵ ਤਿਆਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਦੇਖੋ ਬਣਾਉਣੇ ਆ ਫਿਰ ਆਪਾਂ, ਰੱਟੇ ਤੋਂ ਦੂਰ ਰਹੋ ਰਾਜੇ, ਨਹੀਂ ਪੇਪਰ ਦੇ ਵਿੱਚ ਭੁੱਲ ਜਾਓਗੇ ਚੀਜ਼ਾਂ ਨੂੰ, ਇੰਗਲਿਸ਼ ਤੰਗ ਕਰੇਗੀ ਫਿਰ ਆਪਾਂ ਨੂੰ, ਹੈ ਨਾ। ਤਾਂ ਆਪਾਂ ਜਦੋਂ ਤੁਹਾਡੇ ਨਾਲ ਹਾਂ ਫਿਰ ਕਾਹਦੇ ਵਾਸਤੇ ਚੀਜ਼ਾਂ ਨੂੰ ਰੱਟਣਾ। ਲਓ ਜੀ ਰਾਜੇ, ਸਭ ਤੋਂ ਪਹਿਲਾਂ ਕੀ ਤਿਆਰ ਕਰਦੇ ਹਾਂ, ਪਰਫੈਕਟ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਤਿਆਰ ਕਰਨਾ, ਇੱਕ ਕੰਮ ਕਰ ਲੈਂਦੇ ਰਾਜੇ, ਵਰਬ ਦੀ ਥਰਡ ਫੋਰਮ ਪਲੱਸ ਸਬਜੈਕਟ ਆ ਲਓ ਭਾਈ। ਆਪਣਾ ਕੀ ਤਿਆਰ ਹੋ ਗਿਆ ਭਾਈ,
ਦੱਸੋ ਜ਼ਰਾ ਕੀ ਤਿਆਰ ਹੋ ਗਿਆ? ਪਰਫੈਕਟ ਤਿਆਰ ਹੋ ਗਿਆ, ਇਕੱਲਾ ਹਜੇ ਫਿਊਚਰ ਨਹੀਂ ਤਿਆਰ ਹੋਇਆ। ਚਲੋ ਰਾਜੇ ਜਦੋਂ ਫਿਊਚਰ ਕੋਲੇ ਮੈਂ ਆਇਆ, ਜਦੋਂ ਮੈਂ ਫਿਊਚਰ ਕੋਲੇ ਆਇਆ, ਫਿਊਚਰ ਕਹਿੰਦਾ ਮੈਨੂੰ ਚਾਹੀਦਾ ਭਾਈ ਵਿਲ ਤੇ ਸ਼ੈਲ, ਵਿਲ ਤੇ ਸ਼ੈਲ। ਤੇ ਫਿਰ ਕਹਾਣੀ ਥੋੜ੍ਹੀ ਜਿਹੀ ਉਲਝ ਗਈ ਭਾਈ। ਮੈਂ ਦੇਖਿਆ ਕਿ ਵਿਲ ਤੇ ਸ਼ੈਲ ਦਾ ਸਿੱਧਾ ਕੰਪੈਰੀਜ਼ਨ ਨਹੀਂ ਬਣਦਾ, ਕਿਉਂਕਿ ਵਿਲ ਤੇ ਸ਼ੈਲ ਰਾਜੇ ਮਾਡਲ ਨੇ। ਇੱਦਾਂ ਹੀ ਯਾਦ ਕਰਿਓ ਵੀ ਵਿਲ ਤੇ ਸ਼ੈਲ ਰਾਜੇ ਮਾਡਲ ਨੇ, ਤੇ ਮਾਡਲ ਤੋਂ ਬਾਅਦ ਵਰਬ ਦੀ ਕਿਹੜੀ ਫਾਰਮ ਚਾਹੀਦੀ ਹੈ? ਕਹਿ ਦਿਓ ਫਸਟ ਫਾਰਮ ਚਾਹੀਦੀ ਹੈ ਭਾਈ। ਤੇ ਜੇ ਫਸਟ ਫਾਰਮ ਚਾਹੀਦੀ ਹੈ ਰਾਜੇ, ਉਸ ਕੰਡੀਸ਼ਨ ਨੂੰ ਪੂਰਾ ਕਰਨ ਦੇ ਲਈ, ਉਸ ਮਾਡਲ ਦੀ ਕੰਡੀਸ਼ਨ ਨੂੰ ਪੂਰਾ ਕਰਨ ਦੇ ਲਈ, ਫਿਰ ਮੈਂ ਕਿਹਾ ਭਾਈ ਇੱਥੇ ਫਿੱਟ ਕਰ ਦਿਓ ਹੈਵ, ਇੱਥੇ ਫਿੱਟ ਕਰ ਦਿਓ ਹੈਵ। ਔਰ ਅਜੇ ਪੇਪਰ ਵਾਲਾ ਤਾਂ ਇੱਥੋਂ ਹੀ ਗਲਤੀ ਬਣਾ ਦਿੰਦਾ। ਉਹ ਕੀ ਗਲਤੀ ਬਣਾ ਦਿੰਦਾ? ਉਹ ਚੰਦਰਾ ਕੀ ਕਰਦਾ ਭਾਈ, ਉਹ ਚੰਦਰਾ ਕੀ ਕਰਦਾ ਰਾਜੇ, ਉਹਨੂੰ ਪਤਾ ਕਿ ਤੁਸੀਂ ਸਿੰਗੂਲਰ ਸਬਜੈਕਟ ਦੇ ਨਾਲ ਕੀ ਪੜ੍ਹਿਆ ਹੋਇਆ, ਤੁਸੀਂ ਸਿੰਗੂਲਰ ਸਬਜੈਕਟ ਦੇ ਨਾਲ ਰਾਜੇ ਕੀ ਪੜ੍ਹਿਆ ਹੋਇਆ, ਤੁਸੀਂ ਸਿੰਗੂਲਰ ਸਬਜੈਕਟ ਦੇ ਨਾਲ ਪੜ੍ਹਿਆ ਹੋਇਆ ਹੈਜ, ਤੁਸੀਂ ਸਿੰਗੂਲਰ ਸਬਜੈਕਟ ਦੇ ਨਾਲ ਪਿਆਰੇ ਬੱਚੋ ਕੀ ਪੜ੍ਹਿਆ ਹੋਇਆ, ਆਪਾਂ ਪੜ੍ਹਿਆ ਹੋਇਆ ਸਾਰਿਆਂ ਨੇ ਹੈਜ਼। ਉਹ ਕਹਿੰਦਾ ਇੱਥੇ ਵੀ ਕੀ ਲਾ ਦਿਓ ਫਿਰ ਹੈਜ਼। ਬਟ ਲਓ ਜੀ ਫਿਰ ਆਪਾਂ ਕਹਾਣੀ ਫਿਰ ਪਲਟਾ ਦਿੰਦੇ ਹਾਂ ਥੋੜ੍ਹੀ ਜਿਹੀ ਰਾਜੇ। ਨਹੀਂ ਨਹੀਂ ਕਦੇ ਵੀ ਪੋਸੀਬਲ ਨਹੀਂ ਹੈ, ਕਿਉਂਕਿ ਜਿਹੜੀ ਮੇਨ ਵਰਬ ਹੈ ਨਾ, ਜਿਹੜੀ ਮੇਨ ਵਰਬ ਹੈ ਉਹ ਹੈਵ ਹੈ। ਹੈਜ਼ ਇੱਕ ਐਜ਼ ਏ ਹੈਲਪਲਾਈਨ ਦੇ ਵਾਸਤੇ ਹੈਵ ਚੋਂ ਤਿਆਰ ਕੀਤਾ, ਜਿੱਦਾਂ ਡੂ ਮੇਨ ਵਰਬ ਹੈ ਡਜ਼ ਹੈਲਪ ਵਾਸਤੇ ਹੈ। ਰਾਜੇ ਇੱਥੇ ਤੁਹਾਡਾ ਸਬਜੈਕਟ, ਇੱਥੇ ਤੁਹਾਡਾ ਸਬਜੈਕਟ ਚਾਹੇ ਰਾਜੇ ਆ ਜੇ ਸਿੰਗੂਲਰ, ਚਾਹੇ ਆ ਜੇ ਸਿੰਗੂਲਰ, ਔਰ ਚਾਹੇ ਰਾਜੇ ਆ ਜੇ ਬਹੁ ਵਚਨ, ਚਾਹੇ ਆ ਜੇ ਬਹੁ ਵਚਨ, ਤਾਂ ਤੁਸੀਂ ਸਿਰਫ ਓਨਲੀ ਦੋਨੋਂ ਕੰਡੀਸ਼ਨ ਦੇ ਵਿੱਚ ਕੀ ਯੂਜ਼ ਕਰੋਗੇ ਭਾਈ? ਹੈਵ ਹੀ ਯੂਜ਼ ਕਰੋਗੇ। ਕਦੇ ਵੀ ਰਾਜੇ ਫਿਊਚਰ ਪਰਫੈਕਟ ਦੇ ਵਿੱਚ, ਫਿਊਚਰ ਪਰਫੈਕਟ ਦੇ ਵਿੱਚ ਹੈਜ਼ ਦਾ ਯੂਜ਼ ਨਹੀਂ ਹੋਏਗਾ। ਤਾਂ ਮੈਨੂੰ ਦੱਸੋ ਜ਼ਰਾ ਸਮਝ ਆ ਗਿਆ ਵੀ ਸਾਰਿਆਂ ਨੂੰ, ਕਿਉਂਕਿ ਐਗਜ਼ਾਮੀਨਰ ਇੱਥੋਂ ਹੀ ਘੁਮਾ ਦਿੰਦਾ ਚੀਜ਼ਾਂ ਨੂੰ, ਇੱਥੇ ਕੀ ਲਾਉਣ ਦੀ ਕੋਸ਼ਿਸ਼ ਕਰਦਾ, ਹੈਵ ਲਾਉਣ ਦੀ ਕੋਸ਼ਿਸ਼ ਕਰਦਾ। ਔਰ ਜੇ ਰਾਜੇ ਵਿਲ ਜਾਂ ਸ਼ੈਲ ਦੀ ਗੱਲ ਕਰਾਂ, ਆਏ ਤੇ ਵੀ ਨਾਲ ਸ਼ੈਲ ਲੱਗਦਾ, ਬਾਕੀ ਸਾਰਿਆਂ ਨਾਲ ਵਿਲ, ਇਹ ਵਿਲ ਸ਼ੈਲ ਦੀ ਗੱਲ ਮੈਂ ਜਿਹੜੀ ਪਿਛਲੀਆਂ ਵੀਡੀਓਜ਼ ਨੇ ਆਪਣੀਆਂ ਜਦੋਂ ਮੈਂ ਇਨਡੈਫੀਨਟ ਤੁਹਾਨੂੰ ਪੜ੍ਹਾਇਆ, ਉੱਥੇ ਸਾਰੀ ਡਿਸਕਸ਼ਨ ਕੀਤੀ ਹੈ। ਤਾਂ ਤੁਸੀਂ ਦੇਖ ਲਿਓ ਭਾਈ ਜਾ ਕੇ ਇੱਕ ਵਾਰੀ, ਜਰਾ ਝਾਤ ਮਾਰੋ ਰਾਜੇ। ਫਿਰ ਮੈਂ ਇਹਦਾ ਨੈਗੇਟਿਵ ਕੰਸੈਪਟ ਤਿਆਰ ਕਰਦਾ, ਫਿਰ ਮੈਂ ਇਹਦਾ ਕੰਸੈਪਟ ਤਿਆਰ ਕਰਦਾ ਜੀ, ਨੈਗੇਟਿਵ ਕੰਸੈਪਟ ਤਿਆਰ ਕਰਦਾ ਮੈਂ ਇਹਦਾ। ਚਲੋ ਜੀ ਆਪਾਂ ਅੱਗੇ ਵਧਦੇ ਹਾਂ ਰਾਜੇ। ਅੱਗੇ ਜਦੋਂ ਮੈਂ ਗਿਆ ਰਾਜੇ, ਤਾਂ ਮੇਰੇ ਕੋਲ ਖੂਬਸੂਰਤ ਜਿਹਾ ਕੰਸੈਪਟ ਆਇਆ ਨੈਗੇਟਿਵ, ਕਿਉਂਕਿ ਜੇ ਤੁਸੀਂ ਕਿਸੇ ਗੱਲ ਨੂੰ ਪੋਜ਼ਿਟਿਵ ਬੋਲ ਸਕਦੇ ਹੋ ਨਾ, ਅਗਰ ਕਿਸੇ ਗੱਲ ਨੂੰ ਪੋਜ਼ਿਟਿਵ ਬੋਲ ਸਕਦੇ ਹੋ ਤਾਂ ਨੈਗੇਟਿਵ ਤਾਂ ਬੋਲਣਾ ਹੀ ਪੈਣਾ। ਵੈਸੇ ਵੀ ਰਾਜੇ ਨੈਗੇਟਿਵਿਟੀ ਬਹੁਤ ਭਰੀ ਪਈ ਆ ਲੋਕਾਂ 'ਚ ਅੱਜ ਕੱਲ੍ਹ, ਬਟ ਤੁਸੀਂ ਉਹਦੇ ਧਿਆਨ ਨਹੀਂ ਦੇਣਾ। ਚਲੋ ਸਭ ਤੋਂ ਪਹਿਲਾਂ ਕੀ ਆਏਗਾ? ਸਬਜੈਕਟ ਆਏਗਾ ਰਾਜੇ ਵਿਲ, ਔਰ ਕੀ ਆ ਜਾਏਗਾ ਫਿਰ ਇੱਥੇ ਸ਼ੈਲ ਆ ਜਾਏਗਾ, ਔਰ ਇਦੋਂ ਬਾਅਦ ਰਾਜੇ ਨੋਟ ਲਾਉਣਾ ਹੈ। ਇਦੋਂ ਬਾਅਦ ਕੀ ਲਾਉਣਾ ਹੈ? ਨੋਟ ਲਾਉਣਾ। ਇੱਥੇ ਵੀ ਹੈਵ ਤੋਂ ਬਾਅਦ ਕੀ ਲਾ ਦਿੰਦੇ ਆ ਬੱਚੇ ਲਗਭਗ, ਵੀ ਹੈਵ ਤੋਂ ਬਾਅਦ ਨੋਟ ਹੈ ਭਾਈ। ਇੱਥੇ ਇੱਕ ਤਰੀਕੇ ਨਾਲ ਮਾਡਲ ਦੀ ਰਾਜੇ ਕੰਡੀਸ਼ਨ ਪੂਰੀ ਕਰ ਰਿਹਾ, ਪਰ ਜੇਕਰ ਦੇਖਿਆ ਜਾਵੇ ਹੈਲਪਿੰਗ ਵਰਬ ਕੌਣ ਹੈ ਇੱਥੇ? ਵਿਲ ਤੇ ਸ਼ੈਲ ਨੇ, ਤੇ ਨੋਟ ਹਮੇਸ਼ਾ ਕਿਹਦੇ ਨਾਲ ਲੱਗਦਾ ਹੁੰਦਾ ਭਾਈ? ਦੱਸੋ ਜਰਾ, ਤੁਹਾਨੂੰ ਪੁੱਛ ਰਿਹਾ, ਕਿਹਦੇ ਨਾਲ ਲੱਗਦਾ ਹੁੰਦਾ? ਹੈਲਪਿੰਗ ਵਰਬ ਤੋਂ ਬਾਅਦ, ਹੈਲਪਿੰਗ ਵਰਬ ਤੋਂ ਬਾਅਦ। ਔਰ ਅਜੇ ਇੱਥੇ ਆ ਗਿਆ ਵਰਬ ਦੀ ਥਰਡ ਫਾਰਮ, ਔਰ ਪਲੱਸ ਕੀ ਬਣ ਗਿਆ ਸਾਡਾ? ਓਬਜੈਕਟ। ਤਾਂ ਨੈਗੇਟਿਵ ਰੂਲ ਹਮੇਸ਼ਾ ਯਾਦ ਰੱਖਿਓ ਭਾਈ,
ਹੁਣ ਰਾਜੇ ਮੈਂ ਬਣਾਉਣ ਦੀ ਕੋਸ਼ਿਸ਼ ਕਰਦਾ ਹੁਣ ਮੈਂ ਬਣਾਉਣ ਦੀ ਕੋਸ਼ਿਸ਼ ਕਰਦਾ ਭਾਈ ਇਹਦਾ ਪ੍ਰਸ਼ਨਵਾਚਕ ਰੂਲ ਹੁਣ ਆਪਾਂ ਇਹਦਾ ਬਣਾਉਣੇ ਆ ਭਾਈ ਪ੍ਰਸ਼ਨਵਾਚਕ ਰੂਲ ਬਣਾਉਣੇ ਆ ਜਦੋਂ ਮੈਂ ਪ੍ਰਸ਼ਨਵਾਚਕ ਰੂਲ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹੀ ਗੱਲ ਆ ਗਈ ਕਈ ਵਾਰੀ ਬੱਚੇ ਕੀ ਗਲਤੀ ਕਰਦੇ ਆ ਤੁਸੀਂ ਇੱਥੇ ਨੋਟ ਕਰ ਲਿਓ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਇੰਟੈਰੋਗੇਟਿਵ ਤਾਂ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਰਾਜੇ ਸਭ ਤੋਂ ਪਹਿਲਾਂ ਕੀ ਆਜੂਗਾ ਫਿਰ ਭਾਈ ਵਿਲ ਤੇ ਸ਼ੈਲ ਹੁਣ ਤੁਸੀਂ ਕਹੋਗੇ ਹੈਵ ਨੂੰ ਵੀ ਨਾਲ ਚੱਕ ਲਿਆਈਏ ਨਹੀਂ ਹੈਵ ਨੂੰ ਅਸੀਂ ਕਦੇ ਵੀ ਨਾਲ ਚੱਕ ਕੇ ਨਹੀਂ ਲਿਆਵਾਂਗੇ ਹੈਵ ਸਬਜੈਕਟ ਤੋਂ ਬਾਅਦ ਹੀ ਰਹੇਗਾ ਮੈਂ ਇੱਕ ਦਿਨ ਤੁਹਾਨੂੰ ਦੱਸਿਆ ਸੀਗਾ ਭਾਈ ਵੀ ਜੇ ਛੇੜਛਾੜ ਕਰਨੀ ਆ ਨਾ ਉਹ ਹੈਲਪਿੰਗ ਵਰਬ ਦੇ ਨਾਲ ਹੀ ਕਰਨੀ ਹੈ ਜੇ ਤੁਸੀਂ ਛੇੜਛਾੜ ਕਰਨੀ ਹੈ ਤਾਂ ਕਿਹਦੇ ਨਾਲ ਕਰਨੀ ਹੈ ਹੈਲਪਿੰਗ ਵਰਬ ਦੇ ਨਾਲ ਲਓ ਜੀ ਹੈਵ ਆ ਗਿਆ ਹੈਵ ਤੋਂ ਬਾਅਦ ਰਾਜੇ ਵਰਬ ਦੀ ਥਰਡ ਫਾਰਮ ਆ ਗਈ ਔਰ ਪਲੱਸ ਮੇ ਸਾਡਾ ਕੀ ਆ ਗਿਆ ਭਾਈ ਓਬਜੈਕਟ ਆ ਗਿਆ ਇਹ ਉਹੀ ਕਹਾਣੀ ਆ ਰਾਜੇ ਕਿ ਉਹ ਕ੍ਰਿਕਟ ਖੇਡ ਚੁੱਕੇ ਹੋਣਗੇ ਯੈਸ ਜਾਂ ਨੋ ਵਾਲੇ ਪ੍ਰਸ਼ਨ ਕਿਹੜੇ ਪ੍ਰਸ਼ਨ ਵੀ ਯੈਸ ਜਾਂ ਨੋ ਵਾਲੇ ਪ੍ਰਸ਼ਨ ਹੋਣਗੇ ਚਲੋ ਇਹਨਾਂ ਦਾ ਵੀ ਰਾਜੇ ਨੈਗੇਟਿਵ ਬਣਾ ਦਈਏ ਹੁਣ ਲੱਗਦੇ ਹੱਥ ਇਹਨਾਂ ਦਾ ਵੀ ਆਪਾਂ ਲੱਗਦੇ ਹੱਥ ਨਵੇੜਾ ਕਰ ਦਈਏ ਤਾਂ ਕੀ ਹੋ ਗਿਆ ਜੀ ਨੈਗੇਟਿਵ ਪਲੱਸ ਕੀ ਆ ਗਿਆ ਸਾਡਾ ਇੰਟੈਰੋਗੇਟਿਵ ਪਲੱਸ ਕੀ ਆ ਗਿਆ ਜੀ ਇੰਟੈਰੋਗੇਟਿਵ ਔਰ ਦੱਸਿਆ ਹੋਇਆ ਰਾਜੇ ਤੁਹਾਨੂੰ ਕੀ ਆ ਜਾਣਗੇ ਭਾਈ ਵਿਲ ਤੇ ਕੀ ਆ ਜਾਏਗਾ ਵੀ ਸ਼ੈਲ ਆ ਜਾਏਗਾ ਵਿਲ ਤੇ ਕੀ ਆ ਜਾਏਗਾ ਸ਼ੈਲ ਆ ਜਾਏਗਾ ਪੇਪਰ ਵਾਲਾ ਅਗਰ ਇੱਥੇ ਹੈਜ਼ ਲਾ ਕੇ ਦੇ ਦੇ ਤਾਂ ਕੀ ਕਰੋਗੇ ਦੱਸੋ ਜ਼ਰਾ ਤੁਹਾਨੂੰ ਬੋਲ ਰਿਹਾ ਕੀ ਕਰੋਗੇ ਗਲਤ ਕਰ ਦੋਗੇ ਪੇਪਰ ਵਾਲਾ ਅਗਰ ਇਹਨੇ ਰਾਜੇ ਤੁਸੀਂ ਦੇਖੋ ਮੈਂ ਘੁੱਟ ਪਾਣੀ ਪੀ ਲਾਂ ਤਾਂ ਹੁਣ ਦੇਖੋ ਜੀ ਕੀ ਆ ਗਿਆ ਸਾਡਾ ਵਿਲ ਔਰ ਸ਼ੈਲ ਆ ਗਿਆ ਸਮਝ ਆ ਰਿਹਾ ਵੀ ਸਾਰਿਆਂ ਨੂੰ ਫਟਾਫਟ ਦੱਸੋ ਜ਼ਰਾ ਮੈਨੂੰ ਵਿਲ ਔਰ ਸ਼ੈਲ ਆ ਗਿਆ ਜੀ ਔਰ ਉਸ ਤੋਂ ਬਾਅਦ ਕੀ ਆ ਜਾਏਗਾ ਸਾਡਾ ਸਬਜੈਕਟ ਆ ਜਾਏਗਾ ਫਿਰ ਕੀ ਆ ਜਾਏਗਾ ਭਾਈ ਨੋਟ ਆ ਜਾਏਗਾ ਔਰ ਨੋਟ ਤੋਂ ਬਾਅਦ ਰਾਜੇ ਵਰਬ ਦੀ ਸੋਰੀ ਇੱਕ ਚੀਜ਼ ਲਿਖਣੀ ਭੁੱਲ ਗਏ ਆਪਾਂ ਹੈਵ ਇੱਕ ਚੀਜ਼ ਲਿਖਣੀ ਭੁੱਲ ਗਈ ਵੀ ਆਪਾਂ ਹੈਵ ਤਾਂ ਕੀ ਆ ਜਾਏਗਾ ਭਾਈ ਹੈਵ ਆ ਗਿਆ ਜੀ ਹੈਵ ਤੋਂ ਬਾਅਦ ਵਰਬ ਦੀ ਥਰਡ ਫਾਰਮ ਔਰ ਪਲੱਸ ਮੀ ਕੀ ਆ ਗਿਆ ਓਬਜੈਕਟ ਔਰ ਇੱਥੇ ਕੀ ਲੱਗ ਜਾਏਗਾ ਕੀ ਉਹ ਕ੍ਰਿਕਟ ਨਹੀਂ ਖੇਡ ਚੁੱਕੇ ਹੋਣਗੇ ਕੀ ਉਹ ਕ੍ਰਿਕਟ ਨਹੀਂ ਖੇਡ ਚੁੱਕੇ ਹੋਣਗੇ ਵਿਲ ਸ਼ੈਲ ਪਲੱਸ ਸਬਜੈਕਟ ਨੋਟ ਹੈਵ ਵਰਬ ਦੀ ਥਰਡ ਫਾਰਮ ਓਬਜੈਕਟ ਹੋਪ ਕਿ ਤੁਹਾਨੂੰ ਵੀਡੀਓ ਹੈ ਜਿਹੜੀ ਉਹ ਰਾਜੇ ਸਮਝ ਆ ਰਹੀ ਹੋਵੇਗੀ ਸਾਰੀ ਦੀ ਸਾਰੀ ਤਾਂ ਤੁਸੀਂ ਇਹਨੂੰ ਚੈੱਕਆਊਟ ਕਰੋ ਵੀ ਨਾਲ ਦੀ ਨਾਲ ਫਟਾਫਟ ਦੇਖੋ ਵੀ ਤਾਂ ਜ਼ਰਾ ਇੱਕ ਥੋੜ੍ਹੀ ਜਿਹੀ ਥੋੜ੍ਹੀ ਝਾਤ ਮਾਰੋ ਇਹਦੇ ਉੱਪਰ ਇਸ ਤੋਂ ਬਾਅਦ ਮੈਂ ਰਾਜੇ ਇਹਦੇ ਕਿਹੜੇ ਰੂਲ ਵੱਲ ਜਾਊਂਗਾ ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਵੀ ਪੈਰੀ ਜੀ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਇਸੇ ਰੂਲ ਦੇ ਵਿੱਚ ਰਾਜੇ ਨੋਟ ਕਿੱਥੇ ਲਾ ਸਕਦੇ ਹੋ ਤੁਸੀਂ ਇੱਥੇ ਕਿੱਥੇ ਨੋਟ ਲਾ ਸਕਦੇ ਹੋ ਇੱਥੇ ਨੋਟ ਲੱਗ ਸਕਦਾ ਬਟ ਕੀ ਲੱਗੇਗਾ ਫਿਰ ਸ਼ਾਰਟ ਫਾਰਮ ਦੇ ਵਿੱਚ ਕੀ ਲੱਗੇਗਾ ਭਾਈ ਨੋਟ ਲੱਗੇਗਾ ਜੀ ਸਾਡਾ ਸ਼ਾਰਟ ਫਾਰਮ ਦੇ ਵਿੱਚ ਔਰ ਰਾਜੇ ਇੱਕ ਗਲਤੀ ਹੋਰ ਨਾ ਖਾ ਜਾਓ ਇੱਥੇ ਮੈਂ ਵੈਸੇ ਤਾਂ ਗੱਲ ਕਲੀਅਰ ਕਰ ਚੁੱਕਿਆ ਮੈਂ ਨੈਕਸਟ ਪੇਜ 'ਤੇ ਵੀ ਗੱਲ ਕਲੀਅਰ ਕਰ ਦਿੰਦਾ ਤੁਹਾਡੇ ਨਾਲ ਤਾਂ ਦੇਖੋ ਵਿਲ ਨੋਟ ਜਿਹੜਾ ਸਾਡਾ ਹੁੰਦਾ ਭਾਈ ਵਿਲ ਨੋਟ ਦੀ ਸ਼ਾਰਟ ਫਾਰਮ ਕੀ ਹੁੰਦੀ ਹੈ ਤਾਂ ਵਿਲ ਨੋਟ ਦੀ ਸ਼ਾਰਟ ਫਾਰਮ ਕੀ ਹੁੰਦੀ ਹੈ ਜ਼ਰਾ ਮੈਨੂੰ ਦੱਸਣ ਦੀ ਕੋਸ਼ਿਸ਼ ਕਰਿਓ ਵਿਲ ਨੋਟ ਦੀ ਸ਼ਾਰਟ ਫਾਰਮ ਕੀ ਹੋਏਗੀ ਭਾਈ ਵਿਲ ਨੋਟ ਦੀ ਸ਼ਾਰਟ ਫਾਰਮ ਹੋਏਗੀ ਵਿਲ ਨੋਟ ਦੀ ਸ਼ਾਰਟ ਫਾਰਮ ਹੋਏਗੀ ਰਾਜੇ ਵੌਂਟ ਵਿਲ ਨੋਟ ਦੀ ਸ਼ਾਰਟ ਫਾਰਮ ਹੋਏਗੀ ਭਾਈ ਵਿਲ ਨੋਟ ਦੀ ਸ਼ਾਰਟ ਫਾਰਮ ਹੋਏਗੀ ਸਾਡੇ ਕੋਲੇ ਵੌਂਟ
और शैल नॉट दी शॉर्ट फॉर्म की होएगी भी, शैल नॉट दी शॉर्ट फॉर्म होएगी भी शैंट। याद रखियो राजे सदा इनू अगर नैगेटिव दे वे यूज करने होन, नैगेटिव दे वे यूज करने होन तो तुसी एदा इनू यूज कर सकते हो। हुण आपां चलदे आ, इहदा भी एडवांस लेवल आऊगा किते ए ना समझ लियो, इसका भी एडवांस लेवल आऊगा किते ए ना समझ लियो, भी सिंपल जा गम ही है भाई। डबल जू एच फैमिली देखो भी, डबल जू एच फैमिली का पॉजिटिव, डबल जू एच फैमिली का पॉजिटिव, डबल जू एच फैमिली राजे की आजूगा भी भाई, विल ते शैल प्लस सब्जेक्ट प्लस हैव वर्ब दी थर्ड फॉर्म और प्लस में की आजूगा भी ऑब्जेक्ट आजूगा। डबल जू एच फैमिली का राजे नैगेटिव बनाना हो गया आप, डबल जू एच फैमिली विल और शैल आ जाएगा, विल और शैल आ जाएगा, विल और शैल तो बाद ਤੁਹਾਡਾ ਕੀ ਆ ਜਾਏਗਾ ਵੀ ਸਬਜੈਕਟ ਆ ਜਾਏਗਾ, ਔਰ ਉਸ ਤੋਂ ਬਾਅਦ ਆ ਜਾਏਗਾ ਵੀ ਨੋਟ ਵਰਬ ਦੀ ਸੋਰੀ ਹੈਵ ਲਿਖਣਾ ਫਿਰ ਭੁੱਲ ਗਏ ਆਪਾਂ, ਹੈਵ ਆ ਜਾਏਗਾ, ਹੈਵ ਤੋਂ ਬਾਅਦ ਵਰਬ ਦੀ ਥਰਡ ਫਾਰਮ ਪਲੱਸ ਕੀ ਆ ਜਾਏਗਾ ਰਾਜੇ ਓਬਜੈਕਟ, ਔਰ ਪਿੱਛੇ ਕੀ ਆ ਜਾਏਗਾ ਕੁਐਸਚਨ ਮਾਰਕ। ਇਹ ਸੀਗੇ ਭਾਈ 6 ਦੇ 6 ਕੰਸੈਪਟ, ਨੋਟ ਤੁਸੀਂ ਇੱਥੇ ਵੀ ਲਾ ਸਕਦੇ ਹੋ, ਇੱਥੋਂ ਹਟਾ ਦਿਓ, ਬਟ ਕਿਹਦੇ ਵਿੱਚ ਆਏਗਾ ਭਾਈ ਸ਼ੋਰਟ ਫਾਰਮ ਦੇ ਵਿੱਚ ਆਏਗਾ। ਇਹ ਸਾਡੀ ਜਿਹੜੀ ਸੀਗੀ ਸਾਰੀ ਦੀ ਸਾਰੀ ਗੱਲਬਾਤ ਸੀਗੀ, ਯਾਨੀ ਕਿ ਅਸੀਂ ਫਿਊਚਰ ਪਰਫੈਕਟ ਦਾ ਰਾਜੇ ਬੇਸਿਕ ਕੰਸੈਪਟ ਦੇਖ ਲਿਆ, ਔਰ ਬੇਸਿਕ ਕੰਸੈਪਟ ਦੇ ਵਿੱਚ ਅਸੀਂ ਦੇਖਿਆ ਕਿ ਵਿਲ ਸ਼ੈਲ ਤੋਂ ਬਾਅਦ ਅਸੀਂ ਹੈਵ ਦਾ ਯੂਜ਼ ਕਰਾਂਗੇ ਕਿਉਂਕਿ ਹੈਵ ਵਰਬ ਦੀ ਫਸਟ ਫਾਰਮ ਹੈ, ਅਸੀਂ ਕਦੇ ਵੀ ਹੈਜ਼ ਦਾ ਯੂਜ਼ ਨਹੀਂ ਕਰਾਂਗੇ। ਨੈਕਸਟ ਹੁਣ ਆਪਾਂ ਇਹਦਾ ਥੋੜ੍ਹਾ ਜਿਹਾ ਰਾਜੇ 1-2 ਸੈਂਟੈਂਸ ਐਗਜ਼ਾਮਪਲ ਲੈ ਲਈਏ, ਫਿਰ ਆਪਾਂ ਐਡਵਾਂਸ ਲੈਵਲ ਵੱਲ ਵਧਾਂਗੇ। ਮੈਂ ਕਹਿ ਰਿਹਾ ਜੀ ਉਹ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹੋਣਗੇ। ਇਮੈਜਿਨ ਕਰ ਰਹੇ ਰਾਜੇ ਵੀ ਫਿਊਚਰ ਦੇ ਵਿੱਚ ਕੰਮ ਕੀ ਹੋਜੂਗਾ, ਖਤਮ ਹੋਜੂਗਾ। ਫਿਊਚਰ ਦੇ ਵਿੱਚ ਕੰਮ ਭਾਈ ਕੀ ਹੋਜੂਗਾ, ਖਤਮ ਹੋਜੂਗਾ। ਸੋ ਕੀ ਆ ਗਿਆ ਭਾਈ ਸਾਡੇ ਨਾਲ, ਦੇ ਆ ਗਿਆ। ਮੈਂ ਕਿਹਾ ਦੇ ਵਿਲ ਹੈਵ, ਦੇ ਵਿਲ ਹੈਵ ਕੰਪਲੀਟਡ, ਦੇ ਵਿਲ ਹੈਵ ਕੰਪਲੀਟਡ ਆਪਣੀ ਪੜ੍ਹਾਈ ਰਾਜੇ, ਤਾਂ ਕੀ ਆ ਜਾਏਗਾ ਦੇ ਅ ਸਟੱਡੀ, ਦੇ ਅ ਸਟੱਡੀ। ਔਰ ਇਸ ਨੂੰ ਰਾਜੇ ਨੈਗੇਟਿਵ ਬਣਾਉਣਾ ਹੋਵੇ ਤਾਂ ਦੇ ਵਿਲ ਨੋਟ ਹੈਵ, ਦੇ ਵਿਲ ਨੋਟ ਹੈਵ ਕੰਪਲੀਟਡ ਦੇ ਅਰ ਸਟੱਡੀ, ਯਾਨੀ ਕਿ ਉਹ ਆਪਣੀ ਪੜ੍ਹਾਈ ਖਤਮ ਨਹੀਂ ਕਰ ਚੁੱਕੇ ਹੋਣਗੇ। ਕੀ ਉਹ ਆਪਣੀ ਪੜ੍ਹਾਈ ਖਤਮ ਕਰ ਚੁੱਕੇ ਹੋਣਗੇ ਤਾਂ ਵਿਲ ਦੇ ਹੈਵ ਕੰਪਲੀਟਡ ਦੇ ਅਰ ਸਟੱਡੀ। ਕੀ ਆਪਣੀ ਪੜ੍ਹਾਈ ਖਤਮ ਨਹੀਂ ਕਰ ਚੁੱਕੇ ਹੋਣਗੇ ਤਾਂ ਸਬਜੈਕਟ ਤੋਂ ਬਾਅਦ ਕੀ ਆ ਜਾਏਗਾ ਰਾਜੇ, ਨੋਟ ਆ ਜਾਏਗਾ। ਹੋਪ ਤੁਹਾਨੂੰ ਜਿਹੜੀ ਹੁਣ ਤੱਕ ਦੀ ਸਾਡੀ ਕਹਾਣੀ ਹੈ ਉਹ ਸਾਰੀ ਦੀ ਸਾਰੀ ਸਮਝ ਆ ਗਈ ਹੋਵੇਗੀ, ਜਿਹੜੀ ਸਾਰੀ ਦੀ ਸਾਰੀ ਰਾਜੇ ਕਹਾਣੀ ਹੈ ਉਹ ਤੁਹਾਨੂੰ ਸਮਝ ਆ ਗਈ ਹੋਵੇਗੀ। ਹੁਣ ਆਪਾਂ ਫਿਰ ਗੱਲ ਕਰਦੇ ਹਾਂ ਰਾਜੇ ਇਸੇ ਦੇ ਐਡਵਾਂਸ ਲੈਵਲ ਦੀ, ਜਿਹਦੇ ਵਿੱਚ ਅਸੀਂ ਬਾਏ ਦਾ ਟਾਈਮ, ਬਾਏ ਦਾ ਟਾਈਮ, ਬਾਏ ਔਰ ਬਿਫੋਰ ਦਾ ਯੂਜ ਕਰਨਾ ਸਿੱਖਾਂਗੇ। ਤਾਂ ਹੁਣ ਆਪਾਂ ਕਹਾਂਗੇ ਜੀ ਐਡਵਾਂਸ ਐਡਵਾਂਸ ਲੇਵਲ ਰਾਜੇ,
ਜਿਹੜੇ ਪ੍ਰਸ਼ਨ ਬਣਦੇ ਆ ਨਾ, ਯਾਦ ਰੱਖਿਓ ਰਾਜੇ, ਉਹ ਐਡਵਾਂਸ ਲੈਵਲ 'ਚੋਂ ਬਣਦੇ ਆ, ਬਟ ਉਦੋਂ ਪਹਿਲਾਂ ਬੇਸਿਕ ਜਿਹਾ ਵੀ ਸਾਨੂੰ ਪਤਾ ਹੋਣਾ ਚਾਹੀਦਾ, ਕਿਉਂ ਐਡਵਾਂਸ ਲੈਵਲ 'ਤੇ ਤਾਂ ਅਸੀਂ ਫਿਰ ਹੀ ਉਤਰਾਂਗੇ ਨਾ, ਐਡਵਾਂਸ ਲੈਵਲ ਤੋਂ ਪਰ ਤੋਂ ਹਮ ਤਭੀ ਜਾਏਂਗੇ ਜਬ ਬੇਸਿਕ ਸਟਰਕਚਰ ਹਮੇ ਆਤੇ ਹੋਂਗੇ। ਠੀਕ ਹੈ ਜੀ। ਸੋ ਕਦੇ ਕਦੇ ਹਿੰਦੀ ਵੀ ਮਿਕਸ ਕਰ ਲਈਦੀ ਆ ਵੀ। ਚਲੋ ਤਾਂ ਰਾਜੇ ਮੈਂ ਇਹਦੇ ਵੀ ਯੂਜ਼ ਕਰੂੰਗਾ ਬਿਫੋਰ ਦਾ, ਮੈਂ ਇਸੇ ਵੀ ਯੂਜ਼ ਕਰੂੰਗਾ ਰਾਜੇ ਬਾਏ ਦਾ ਟਾਈਮ। ਤਾਂ ਬਾਏ ਦੇ ਟਾਈਮ ਨਾਲ ਰਾਜੇ ਇੱਥੇ ਆਪਾਂ ਲਿਖ ਲਓ ਸਿਰਫ ਓਨਲੀ ਬਾਏ ਹੀ ਸਾਡੀ ਕੰਡੀਸ਼ਨ ਆ ਜਿਹੜੀ ਪੂਰੀ ਕਰ ਦੂਗਾ ਬਾਏ। ਔਰ ਇਸ ਤੋਂ ਇਲਾਵਾ ਆਪਾਂ ਯੂਜ਼ ਕਰ ਸਕਦੇ ਹਾਂ ਵੀ ਬਿਫੋਰ ਬਾਏ ਚਾ ਹੋਰ ਜਿਹੜੇ ਵਰਡ ਗੱਲ ਨੂੰ ਕੀ ਕਰਦੇ ਹੋਣਗੇ ਕੰਪਲੀਟ ਕਰਦੇ ਹੋਣਗੇ, ਉਦਾਂ ਦੇ ਵਰਡਸ ਆਪਾਂ ਯੂਜ਼ ਕਰ ਸਕਦੇ ਹਾਂ। ਜਰਾ ਦੇਖੋ ਐਡਵਾਂਸ ਲੈਵਲ ਦੇ ਵਿੱਚ ਮੈਂ ਇਹ ਲਿਖਿਆ, ਉਹੀ ਸੈਂਟੈਂਸ ਲੈ ਰਿਹਾ ਇੱਕ ਵਾਰੀ, ਡਾਕਟਰ ਆਉਣ ਤੋਂ ਪਹਿਲਾਂ, ਡਾਕਟਰ ਆਉਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਹੋਵੇਗਾ। ਡਾਕਟਰ ਆਉਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਹੋਵੇਗਾ। ਜ਼ਰਾ ਦੇਖਣ ਦੀ ਕੋਸ਼ਿਸ਼ ਕਰੋ ਨਾ ਜੀ, ਉਹੀ ਫਿਰ ਇਹਦੇ ਵਿੱਚ ਵੀ ਕਿੰਨੇ ਐਕਸ਼ਨ ਹੋ ਗਏ, ਇਸ ਦੇ ਵਿੱਚ ਵੀ ਕਿੰਨੇ ਐਕਸ਼ਨ ਹੋ ਗਏ, ਦੋ ਐਕਸ਼ਨ ਹੋਣਗੇ ਰਾਜੇ, ਇੱਕ ਡਾਕਟਰ ਦਾ ਆਉਣਾ ਤੇ ਇੱਕ ਰੋਗੀ ਦਾ ਮਰਨਾ। ਤਾਂ ਜਦੋਂ ਮੈਂ ਇੱਥੇ ਰਾਜੇ ਬਹੁਤ ਸਾਰੇ ਵਰਡ ਆਉਣਗੇ ਪਰ ਇੱਕ ਵਾਰੀ ਮੈਂ ਦੋ ਵਰਡਸ ਦੇ ਨਾਲ ਹੀ ਕੰਮ ਚਲਾ ਰਿਹਾ, ਕਿਉਂਕਿ ਕੁਛ ਚੀਜ਼ਾਂ ਸਮੇਂ ਦੇ ਨਾਲ ਮੈਂ ਅੱਗੇ ਜਾ ਕੇ ਸਮਝਾਊਂਗਾ, ਹੁਣ ਉਹ ਚੀਜ਼ਾਂ ਕੀ ਕਰ ਦੇਣਗੀਆਂ, ਕਨਫਿਊਜ਼ ਕਰ ਦੇਣਗੀਆਂ। ਤਾਂ ਦੇਖੋ ਵੀ ਮੈਂ ਲਿਖਣ ਦੀ ਕੋਸ਼ਿਸ਼ ਕਰੀ, ਡਾਕਟਰ ਆਉਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ, ਤਾਂ ਰਾਜੇ ਜਿਹੜਾ ਸਾਡਾ ਫਿਊਚਰ ਪਰਫੈਕਟ ਵੀ ਹੈ ਨਾ, ਜਿਹੜਾ ਸਾਡਾ ਫਿਊਚਰ ਪਰਫੈਕਟ ਟੈਂਸ ਹੈ, ਇਹ ਵੀ ਰਾਜੇ ਕਿੰਨੇ ਟੈਂਸਾਂ ਤੋਂ ਮਿਲ ਕੇ ਬਣਦਾ, ਇਹ ਵੀ ਦੋ ਟੈਂਸਾਂ ਤੋਂ ਮਿਲ ਕੇ ਬਣਦਾ, ਯਾਨੀ ਕਿ ਇਹਦੇ ਵਿੱਚ ਵੀ ਦੋ ਐਕਸ਼ਨ ਨੇ। ਸਭ ਤੋਂ ਪਹਿਲਾਂ ਕਿਹੜਾ ਹੋਏਗਾ ਵੀ ਫਸਟ ਐਕਸ਼ਨ, ਸੈਕਿੰਡ, ਤੇ ਉਸ ਤੋਂ ਬਾਅਦ ਕਿਹੜਾ ਹੋਏਗਾ ਰਾਜੇ ਸੈਕਿੰਡ ਐਕਸ਼ਨ। ਹੁਣ ਜਿਹੜਾ ਐਕਸ਼ਨ ਰਾਜੇ ਪਹਿਲਾਂ ਹੋਏਗਾ ਉਹ ਫਿਰ ਕਿਹਦੇ ਵਿੱਚ ਕਾਊਂਟ ਕੀਤਾ ਜਾਏਗਾ, ਜਿਹੜਾ ਐਕਸ਼ਨ ਸਭ ਤੋਂ ਪਹਿਲਾਂ ਹੋਏਗਾ ਉਹ ਕਿਹਦੇ ਵਿੱਚ ਕਾਊਂਟ ਕੀਤਾ ਜਾਏਗਾ, ਉਹ ਕਾਊਂਟ ਕੀਤਾ ਜਾਏਗਾ ਫਿਊਚਰ ਪਰਫੈਕਟ ਦੇ ਵਿੱਚ, ਉਹ ਕਾਊਂਟ ਕੀਤਾ ਜਾਏਗਾ ਵੀ ਫਿਊਚਰ ਪਰਫੈਕਟ ਦੇ ਵਿੱਚ। ਔਰ ਜਿਹੜਾ ਐਕਸ਼ਨ ਰਾਜੇ ਬਾਅਦ ਦੇ ਵਿੱਚ ਹੋਏਗਾ ਉਹ ਕਾਊਂਟ ਕੀਤਾ ਜਾਏਗਾ ਪ੍ਰੈਜੈਂਟ ਇਨਡੈਫੀਨਟ ਦੇ ਵਿੱਚ। ਹਾਂਜੀ ਯਾਦ ਰੱਖਿਓ, ਪ੍ਰੈਜੈਂਟ ਇਨਡੈਫੀਨਟ ਰਾਜੇ, ਪ੍ਰੈਜੈਂਟ ਇਨਡੈਫੀਨਟ। ਜਿਹੜਾ ਐਕਸ਼ਨ ਬਾਅਦ ਦੇ ਵਿੱਚ ਹੋਏਗਾ ਉਹਨੂੰ ਅਸੀਂ ਕੀ ਲਿਖਾਂਗੇ ਭਾਈ, ਪ੍ਰੈਜੈਂਟ ਇਨਡੈਫੀਨਟ ਦੇ ਵਿੱਚ। ਦੇਖੋ ਟਾਈਮ ਲਾਈਨ ਦੇ ਉੱਤੇ ਜਰਾ ਇਹਨੂੰ ਥੋੜ੍ਹੀ ਜਿਹੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਰਾਜੇ, ਟਾਈਮ ਲਾਈਨ ਦੇ ਉੱਪਰ। ਤਾਂ ਟਾਈਮ ਲਾਈਨ ਬਣਾ ਰਿਹਾ ਮੈਂ, ਟਾਈਮ ਲਾਈਨ ਦੇ ਉੱਪਰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਸਾਡਾ ਕੀ ਆ ਗਿਆ ਵੀ ਪ੍ਰੈਜੈਂਟ, ਇੱਧਰ ਰਾਜੇ ਸਾਰੇ ਦਾ ਸਾਰਾ ਕੀ ਆ ਸਾਡੇ ਕੋਲ, ਵੀ ਨੋ ਡੈਟ, ਇਹ ਤੁਸੀਂ ਕਹੋਗੇ ਸਰ ਇਹ ਹੈਗਾ ਸਾਡਾ ਸਾਰਾ ਫਿਊਚਰ। ਕਹਿੰਦਾ ਡਾਕਟਰ ਆਉਣ ਤੋਂ ਪਹਿਲਾਂ, ਡਾਕਟਰ ਆਉਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ। ਮੰਨ ਲਓ ਰਾਜੇ, ਮੰਨ ਲਓ ਵੀ ਪ੍ਰੈਜੈਂਟ ਹੀ ਮੈਂ ਕਿਉਂ ਲਿਖਿਆ, ਪ੍ਰੈਜੈਂਟ ਹੀ ਮੈਂ ਕਿਉਂ ਲਿਖਿਆ, ਰੋਗੀ ਮਰ ਗਿਆ ਇੱਥੇ, ਤਾਂ ਰੋਗੀ ਰਾਜੇ ਡਾਈਡ ਹੋ ਗਿਆ, ਰੋਗੀ ਡਾਈਡ ਹੋ ਗਿਆ, ਧਿਆਨ ਦੇਣਾ ਵੀ ਇੱਥੇ ਰਾਜੇ ਰੋਗੀ ਡਾਈਡ ਹੋ ਗਿਆ ਇੱਥੇ, ਤਾਂ ਯਾਨੀ ਕਿ ਫਿਰ ਡਾਕਟਰ ਤਾਂ ਬਾਅਦ ਦੇ ਵਿੱਚ ਆਇਆ ਨਾ, ਡਾਕਟਰ ਆਉਣ ਤੋਂ ਪਹਿਲਾਂ
ਜਦੋਂ ਮਰ ਗਿਆ ਉਹਦਾ ਬਾਅਦ ਦੇ ਵਿੱਚ ਆਇਆ। ਧਿਆਨ ਨਾਲ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰੋ ਬਾਈ। ਤਾਂ ਦੇਖੋ ਡਾਕਟਰ ਨੂੰ ਕਿੱਥੇ ਆਉਣਾ ਚਾਹੀਦਾ ਸੀ ਰਾਜੇ? ਡਾਕਟਰ ਨੂੰ ਤਾਂ ਫਿਰ ਉਹਦੇ ਮਰਨ ਤੋਂ ਪਹਿਲਾਂ ਆਉਣਾ ਚਾਹੀਦਾ ਸੀ ਨਾ ਬਚਾਉਣ ਵਾਸਤੇ। ਤਾਂ ਜੇ ਉਹ ਇਦੋਂ ਇੱਧਰ ਦੀ ਵਾਪਸੀ ਕਰੂਗਾ ਰਾਜੇ, ਤਾਂ ਇੱਧਰ ਇੱਥੇ ਜੇ ਫਿਊਚਰ ਕੰਮ ਖਤਮ ਹੋ ਗਿਆ, ਇੱਥੇ ਜੇਕਰ ਫਿਊਚਰ ਦਾ ਕੰਮ ਖਤਮ ਹੋ ਗਿਆ, ਇੱਥੇ ਜੇਕਰ ਫਿਊਚਰ ਦਾ ਕੰਮ ਖਤਮ ਹੋ ਗਿਆ ਤਾਂ ਉਹਨੂੰ ਰਾਜੇ ਵਾਪਸ ਕਿੱਥੇ ਆਉਣਾ ਚਾਹੀਦਾ ਸੀਗਾ? ਇੱਥੇ ਵੀ ਇੱਕ ਤਰੀਕੇ ਨਾਲ ਕੀ ਬਣ ਗਿਆ? ਪ੍ਰੈਜੈਂਟ ਬਣ ਗਿਆ। ਤਾਂ ਕਰਕੇ ਫਿਰ ਇੱਥੇ ਜਿਹੜਾ ਐਕਸ਼ਨ ਕੰਪਲੀਟ ਨਹੀਂ ਹੁੰਦਾ, ਇੱਕ ਤਾਂ ਕੰਪਲੀਟ ਹੋ ਗਿਆ ਉਹ ਕੀ ਹੋ ਗਿਆ ਸਾਡਾ ਫਿਊਚਰ ਪਰਫੈਕਟ ਹੋ ਗਿਆ, ਬਟ ਜਿਹੜਾ ਰਾਜੇ ਬਾਅਦ ਦੇ ਵਿੱਚ ਹੁੰਦਾ ਹੈ ਉਹਨੂੰ ਫਿਰ ਅਸੀਂ ਕਿਹਦੇ ਨਾਲ ਲਿਖਦੇ ਹਾਂ? ਪ੍ਰੈਜੈਂਟ ਇਨਡੈਫੀਨਟ ਦੇ ਨਾਲ। ਹੋਪ ਕਿ ਤੁਹਾਨੂੰ ਜਿਹੜੀ ਗੱਲਬਾਤ ਹੈ ਉਹ ਸਮਝ ਆ ਗਈ ਹੋਵੇਗੀ, ਨਹੀਂ ਤਾਂ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਦੱਸ ਦਿਓ, ਲਿਖ ਦਿਓ ਕਿ ਸਰ ਗੱਲ ਨਹੀਂ ਸਮਝ ਆਈ, ਆਪਾਂ ਦੁਬਾਰੇ ਡਿਸਕਸ ਕਰ ਲਾਂਗੇ ਇਸ ਚੀਜ਼ ਦੇ ਉੱਪਰ। ਇਹ ਬਿਲਕੁਲ ਹੂਬਹੂ ਰਾਜੇ ਪਾਸਟ ਪਰਫੈਕਟ ਵਰਗਾ ਹੀ ਹੈ। ਇਹ ਹੂਬਹੂ ਕੀ ਹੈ? ਪਾਸਟ ਪਰਫੈਕਟ ਵਰਗਾ ਹੀ ਹੈ, ਬਸ ਯਾਦ ਰੱਖਿਓ। ਤਾਂ ਹੁਣ ਦੇਖੋ ਅਗਲੀ ਸਲਾਈਡ ਦੇ ਉੱਪਰ ਮੈਂ ਜਿਹੜਾ ਹੈਗਾ ਡਾਕਟਰਾਂ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ ਉਹਦਾ ਕਨਸੈਪਟ ਲਿਖਣ ਜਾ ਰਿਹਾ ਰਾਜੇ। ਮੈਂ ਲਿਖਿਆ ਸਭ ਤੋਂ ਪਹਿਲਾਂ ਸਾਡਾ ਡੈਂਸ ਕੀ ਹੋਏਗਾ ਵੀ ਫਿਊਚਰ ਪਰਫੈਕਟ, ਫਿਊਚਰ ਪਰਫੈਕਟ। ਔਰ ਰਾਜੇ ਕੀ ਇੰਜੈਕਸ਼ਨ ਲਾਇਆ ਮੈਂ? ਮੈਂ ਲਾਇਆ ਇੱਥੇ ਬਿਫੋਰ, ਔਰ ਬਿਫੋਰ ਤੋਂ ਬਾਅਦ ਸਾਡਾ ਕਿਹੜਾ ਆਇਆ ਵੀ ਪ੍ਰੈਜੈਂਟ ਇਨਡੈਫੀਨਟ। ਅੱਜ ਤਾਂ ਹੀ ਹੋ ਸਕਦਾ ਰਾਜੇ ਕੁਛ ਬੱਚਿਆਂ ਨੂੰ ਪਤਾ ਹੋਵੇ, ਪਰ ਮੋਸਟ ਆਫ ਦਾ ਬੱਚੇ ਕੀ ਕਰਦੇ ਆ, ਚੀਜ਼ਾਂ ਨੂੰ ਰੱਟ ਲੈਂਦੇ ਆ। ਪ੍ਰੈਜੈਂਟ ਇਨਡੈਫੀਨਟ ਕਿਉਂ ਆਇਆ ਹੁਣੀ ਦੱਸਿਆ ਤੁਹਾਨੂੰ। ਰੋਗੀ ਦੇਖੋ ਟਾਈਮ ਲਾਈਨ ਦੇ ਉੱਧਰ ਮਰਿਆ ਜਾ ਗਿਆ ਨਾ, ਡਾਕਟਰ ਨੂੰ ਕੀ ਆਉਣਾ ਚਾਹੀਦਾ ਸੀਗਾ? ਪਹਿਲਾਂ ਆਉਣਾ ਚਾਹੀਦਾ ਸੀਗਾ, ਤਾਂ ਕਰਕੇ ਉਹਨੇ ਵਾਪਸੀ ਕੀਤੀ ਆ ਪ੍ਰੈਜੈਂਟ ਵੱਲ। ਤਾਂ ਪ੍ਰੈਜੈਂਟ ਵੱਲ ਵਾਪਸੀ ਕੀਤੀ ਤਾਂ ਫਿਰ ਕਿਹੜਾ ਡੈਂਸ ਆ ਗਿਆ ਸਾਡਾ? ਪ੍ਰੈਜੈਂਟ ਇਨਡੈਫੀਨਟ ਡੈਂਸ ਆ ਗਿਆ। ਇਹ ਸੀਗਾ ਇਹਦਾ ਜੋ ਸਟੀਕ ਰੀਜ਼ਨ ਆ ਸਾਡੇ ਕੋਲ ਪ੍ਰੈਜੈਂਟ ਨੂੰ ਨਾਉਣ ਦਾ। ਚਲੋ ਬਣਾਈਏ ਆਪਾਂ ਦਾ, ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਰਾਜੇ, ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਦ ਪੇਸ਼ੈਂਟ ਹੈਡ ਡਾਈਡ। ਸੋਰੀ ਫਿਊਚਰ ਵੱਲ ਚਲੇ, ਪਾਸਟ ਵੱਲ ਚਲੇ ਗਏ ਆਪਾਂ। ਦ ਪੇਸ਼ੈਂਟ ਵਿਲ ਹੈਵ ਡਾਈਡ, ਦ ਪੇਸ਼ੈਂਟ ਵਿਲ ਹੈਵ ਡਾਈਡ। ਹੁਣ ਆਹ ਜੀ ਉੱਥੇ ਆ, ਇਹਨੂੰ ਦੇਖ ਕੇ ਜ਼ਿਆਦਾਤਰ ਬੱਚਾ ਕੀ ਸੋਚਦਾ ਹੈ? ਸਬਜੈਕਟ ਕੀ ਆ ਗਿਆ ਜੀ? ਸਿੰਗੂਲਰ। ਮੈਨੂੰ ਇੱਥੇ ਕੀ ਲਾ ਦੇਣਾ ਚਾਹੀਦਾ ਹੈ? ਮੈਨੂੰ ਇੱਥੇ ਲਾ ਦੇਣਾ ਚਾਹੀਦਾ ਜੀ ਹੈਜ਼। ਗਲਤ ਹੈ ਭਾਈ, ਹੈ ਵੀ ਲੱਗੂਗਾ। ਕੀ ਲੱਗੂਗਾ? ਹੈ ਵੀ ਲੱਗੂਗਾ। ਦ ਪੇਸ਼ੈਂਟ ਵਿਲ ਹੈਵ ਡਾਈਡ ਬਿਫੋਰ ਦ ਡਾਕਟਰ ਕਮਸ, ਬਿਫੋਰ ਦ ਡਾਕਟਰ ਕਮਸ। ਪ੍ਰੈਜੈਂਟ ਇਨਡੈਫੀਨਟ ਦੇ ਵਿੱਚ ਰਾਜੇ ਸਬਜੈਕਟ ਸਿੰਗੂਲਰ ਆਵੇ, ਮੈਂ ਐਸ ਜਾਂ ਈ ਐਸ ਦਾ ਪ੍ਰਯੋਗ ਕਰ ਲੈਣਾ। ਇਹ ਸਾਡਾ ਬਣ ਗਿਆ ਜੀ ਕੰਪਲੀਟ ਫਿਊਚਰ ਪਰਫੈਕਟ ਟੈਂਸ। ਔਰ ਇਹਦੇ ਮੈਂ ਤੁਹਾਨੂੰ ਬਾਏ ਦਾ ਯੂਜ਼ ਦੇਖਾਂ ਉਹ ਫਰਾਈਡੇ ਤੱਕ, ਕਿਉਂਕਿ ਬਾਏ ਇੱਕ ਪ੍ਰੈਪੋਜੀਸ਼ਨ ਹੈ ਜਿਹੜੀ ਤੁਸੀਂ ਪੈਸਿਵ ਵੋਇਸ ਦੇ ਵਿੱਚ ਆਪਾਂ ਸਿਰਫ ਉਹਨੂੰ ਉੱਥੋਂ ਤੱਕ ਹੀ ਸੀਮਿਤ ਕਰਤਾ ਕਿ ਦੁਬਾਰਾ। ਬਾਏ ਦੇ ਬਹੁਤ ਸਾਰੇ ਮੀਨਿੰਗ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮੀਨਿੰਗ ਹੈਗਾ ਤੱਕ। ਮੈਂ ਫਰਾਈਡੇ ਤੱਕ ਆਪਣਾ ਕੰਮ ਕਰ ਲੂੰਗਾ, ਮੈਂ ਫਰਾਈਡੇ ਤੱਕ ਆਈ ਵਿਲ ਹੈਵ ਡਨ ਮਾਈ ਵਰਕ, ਆਈ ਵਿਲ ਹੈਵ ਡਨ ਮਾਈ ਵਰਕ ਬਾਏ ਫਰਾਈਡੇ। ਫਰਾਈਡੇ ਤੱਕ ਰਹਿ ਜੋ ਆਪਣਾ ਕੰਮ ਕੀ ਕਰ ਲੂਗਾ, ਖਤਮ ਕਰ ਲੂਗਾ। ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਵੀ ਇਸ ਟੈਂਸ ਦੇ ਵਿੱਚ ਸਭ ਤੋਂ ਪਹਿਲਾਂ ਰਹਿ ਜੇ ਫਿਊਚਰ ਦਾ, ਫਿਊਚਰ ਦੇ ਕਿਸੇ ਵੀ ਟੈਂਸ ਦੇ ਵਿੱਚ ਤੁਸੀਂ ਇੱਕ ਚੀਜ਼ ਮੇਰੀ ਨੋਟ ਕਰ ਲਿਓ ਨੋਟਬੁੱਕ ਦੇ ਉੱਪਰ,
ਫਿਊਚਰ ਦੇ ਵਿੱਚ ਅਗਰ ਕੋਈ ਹੋਰ ਟੈਂਸ ਦਾ ਰਿਲੇਸ਼ਨ ਬਣੂਗਾ ਨਾ ਤਾਂ ਉਹ ਪ੍ਰੈਜੈਂਟ ਇਨਡੈਫੀਨਟ ਨਾਲ ਹੀ ਰਿਲੇਸ਼ਨ ਬਣਾਊਗਾ। ਉਹ ਪ੍ਰੈਜੈਂਟ ਇਨਡੈਫੀਨਟ ਦੇ ਨਾਲ ਹੀ ਸਦਾ ਆਪਣਾ ਰਿਲੇਸ਼ਨ ਸਥਾਪਿਤ ਕਰੂਗਾ, ਕਿਉਂਕਿ ਫਿਊਚਰ ਤੋਂ ਗਾਹਾਂ ਜਾਣ ਦੀ ਗੱਲ ਆ ਗਈ ਤਾਂ ਫਿਊਚਰ ਬਣੀ ਜਾਊਗਾ, ਬਟ ਫਿਊਚਰ ਤੋਂ ਵਾਪਸੀ ਜਦੋਂ ਹੋਊਗੀ ਤਾਂ ਉਹ ਪ੍ਰੈਜੈਂਟ ਦੇ ਨਾਲ ਹੀ ਹੋਊਗੀ, ਅਤੇ ਪ੍ਰੈਜੈਂਟ ਦੇ ਵਿੱਚ ਕਿਹਦੇ ਨਾਲ ਹੋਊਗੀ? ਪ੍ਰੈਜੈਂਟ ਇਨਡੈਫੀਨਟ ਦੇ ਨਾਲ ਹੋਊਗੀ। ਹੋਪ ਕਿ ਜਿਹੜਾ ਐਡਵਾਂਸ ਲੈਵਲ ਸੀਗਾ ਸਾਡੇ ਕੋਲ ਫਿਊਚਰ ਪਰਫੈਕਟ ਦਾ, ਉਹ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਅੱਜ। ਪ੍ਰੈਜੈਂਟ ਪਰਫੈਕਟ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ, ਆਫਟਰ ਬਿਫੋਰ ਵਾਲੀ ਯਾਦ ਰੱਖਿਓ। ਵੈਸੇ ਬਿਫੋਰ ਆ ਸਕਦਾ ਪਰ ਹੋਰ ਕੋਈ ਟੈਂਸ ਨਹੀਂ ਆਏਗਾ, ਵੈਸੇ ਆਫਟਰ ਬਿਫੋਰ ਆ ਸਕਦੇ, ਉਹ ਕਿਸੇ ਵੀ ਟੈਂਸ ਦੇ ਵਿੱਚ ਆ ਸਕਦੇ ਆ, ਬਟ ਯਾਦ ਰੱਖਿਓ ਉਹ ਨਾਲ ਕੋਈ ਹੋਰ ਟੈਂਸ ਲੈ ਕੇ ਨਹੀਂ ਆਉਣਗੇ। ਪਾਸਟ ਪਰਫੈਕਟ, ਫਿਊਚਰ ਪਰਫੈਕਟ, ਫਿਊਚਰ ਪਰਫੈਕਟ ਜੀ ਕਿੰਨੇ ਟੈਂਸਾਂ ਤੋਂ ਮਿਲ ਕੇ ਬਣਿਆ? ਦੋ ਟੈਂਸਾਂ ਤੋਂ। ਕਿਹੜੇ ਕਿਹੜੇ? ਕੁਇਕ ਰੀਜ਼ਨ ਆ ਥੋੜ੍ਹੀ ਜੀ, ਕਿਹੜੇ ਕਿਹੜੇ ਟੈਂਸ? ਖੁਦ ਫਿਊਚਰ ਪਰਫੈਕਟ ਦੇ ਪ੍ਰੈਜੈਂਟ ਇਨਡੈਫੀਨਟ। ਮੈਂ ਰੀਜ਼ਨ ਦੱਸਦਾ ਟਾਈਮ ਲਾਈਨ ਦੇ ਉੱਤੇ ਪ੍ਰੈਜੈਂਟ ਇਨਡੈਫੀਨਟ ਕਿਉਂ, ਤਾਂ ਦੋ ਵਰਡ ਮੈਂ ਤੁਹਾਨੂੰ ਇੱਥੇ ਖੂਬਸੂਰਤ ਜੇ ਕਰਵਾਏ ਆ। ਦੋ ਵਰਡ ਕਿਹੜੇ ਕਿਹੜੇ ਸਾਡੇ ਕੋਲ? ਮੈਂ ਓਨਲੀ ਤੁਹਾਨੂੰ ਬਿਫੋਰ ਦੱਸਿਆ ਇੱਥੇ, ਔਰ ਓਨਲੀ ਮੈਂ ਤੁਹਾਨੂੰ ਕੀ ਦੱਸਿਆ? ਬਾਏ ਦੱਸਿਆ। ਬਿਫੋਰ ਤੋਂ ਬਾਅਦ ਤੁਸੀਂ ਪ੍ਰੈਜੈਂਟ ਇਨਡੈਫੀਨਟ ਦਾ ਯੂਜ਼ ਕਰੋਗੇ, ਬਾਏ ਨੂੰ ਤੁਸੀਂ ਸਿੰਪਲ ਫਾਰਮ ਦੇ ਵੀ ਯੂਜ਼ ਕਰ ਸਕਦੇ ਹੋ, ਬਾਏ ਫਰਾਈਡੇ, ਬਾਏ ਨੈਕਸਟ ਈਅਰ। ਤਾਂ ਜਿਹੜਾ ਫਸਟ ਐਕਸ਼ਨ ਕੰਪਲੀਟ ਹੋਏਗਾ ਤਾਂ ਉਹਨੂੰ ਅਸੀਂ ਲਿਖਾਂਗੇ ਫਿਊਚਰ ਪਰਫੈਕਟ ਦੇ ਵਿੱਚ ਹੀ ਲਿਖਾਂਗੇ, ਔਰ ਜਿਹੜਾ ਬਾਅਦ ਦੇ ਵਿੱਚ ਐਕਸ਼ਨ, ਯਾਨੀ ਕਿ ਬਾਅਦ ਦੇ ਵਿੱਚ ਕੋਈ ਕੰਮ ਹੋਏਗਾ, ਕਿਸੇ ਦਾ ਆਉਣਾ ਜਾਣਾ ਹੋਏਗਾ, ਉਹਨੂੰ ਅਸੀਂ ਪ੍ਰੈਜੈਂਟ ਇਨਡੈਫੀਨਟ ਦੇ ਵਿੱਚ ਲਿਖਾਂਗੇ। ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਲੱਗਿਆ ਤਾਂ ਜ਼ਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਜਿਹੜੀ ਹੈ, ਕਮੈਂਟ ਕਰਕੇ ਆਪਣੀ ਗੱਲਬਾਤ ਜਿਹੜੀ ਜ਼ਰੂਰ ਦੱਸ ਦਿਓ। ਚਲੋ ਜੀ, ਬਸ 5 ਕੁ ਮਿੰਟਾਂ ਦੇ ਵਿੱਚ ਰਾਜੇ, ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। 5 ਕੁ ਮਿੰਟਾਂ ਦੇ ਵਿੱਚ ਮੈਂ ਅੱਜ ਤੁਹਾਨੂੰ ਸਿੰਸ ਅਤੇ ਫੋਰ ਬਾਰੇ ਥੋੜ੍ਹਾ ਜਿਹਾ ਦੱਸਦਾ, ਕਿਉਂਕਿ ਆਉਣ ਵਾਲੇ ਜਿਹੜੇ ਸਾਡੇ 3 ਟੈਂਸ ਰਹਿ ਗਏ ਉਹ ਰਹਿ ਗਏ ਜੀ ਪਰਫੈਕਟ ਕੰਟੀਨਿਊਅਸ, ਪ੍ਰੈਜੈਂਟ ਪਰਫੈਕਟ ਕੰਟੀਨਿਊਅਸ, ਪਾਸਟ ਪਰਫੈਕਟ ਕੰਟੀਨਿਊਅਸ ਅਤੇ ਫਿਊਚਰ ਪਰਫੈਕਟ ਕੰਟੀਨਿਊਅਸ। ਤਾਂ ਯਾਦ ਰੱਖਿਓ ਜੀ, ਸਿੰਸ ਅਤੇ ਫੋਰ ਜੋ ਅੱਜ ਸਾਡੇ ਕੋਲ ਮੈਂ ਤੁਹਾਨੂੰ ਕਰਵਾ ਰਿਹਾ ਨਾ ਜੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਸਾਡੇ ਕੋਲ ਵਰਡ ਹੈ ਸਿੰਸ ਔਰ ਫੋਰ। ਵੈਸੇ ਰਾਜੇ ਇਹਨਾਂ ਦੇ ਬਹੁਤ ਸਾਰੇ ਕੰਮ ਨੇ, ਬਟ ਇੱਕ ਇਹਨਾਂ ਦਾ ਕੰਮ ਹੈਗਾ ਜੀ ਟਾਈਮ। ਟਾਈਮ ਨੂੰ ਕੀ ਕਰਨਾ? ਰੀਪ੍ਰਜੈਂਟ ਕਰਨਾ ਟਾਈਮ ਨੂੰ। ਜਿੱਦਾਂ ਮੈਂ ਕਹਾਂ ਕਿ ਮੁੰਡਾ ਖੇਡ ਰਿਹਾ ਹੈ ਅਤੇ ਮੁੰਡਾ 2 ਘੰਟਿਆਂ ਤੋਂ ਖੇਡ ਰਿਹਾ ਹੈ, ਤਾਂ ਯਾਨੀ ਕਿ ਮੁੰਡਾ ਖੇਡ ਰਿਹਾ ਸਿੰਪਲ ਕੰਟੀਨਿਊਅਸ ਹੋ ਗਿਆ, ਮੁੰਡਾ 2 ਘੰਟਿਆਂ ਤੋਂ ਖੇਡ ਰਿਹਾ ਹੈ ਤਾਂ ਕੀ ਹੋ ਗਿਆ ਜੀ ਪਰਫੈਕਟ ਕੰਟੀਨਿਊਅਸ ਹੋ ਗਿਆ। ਔਰ ਤੂੰ ਰਿਹਾ ਹੈ, ਤੂੰ ਰਹੀ ਹੈ, ਤੂੰ ਰਿਹਾ ਸੀ, ਉਹ 1990 ਤੋਂ ਸਕੂਲ ਦੇ ਵਿੱਚ ਪੜ੍ਹਾ ਰਿਹਾ ਸੀ, ਉਹ 2 ਘੰਟਿਆਂ ਤੋਂ ਕੰਮ ਕਰ ਰਿਹਾ ਹੈ, ਤਾਂ ਫਿਰ ਯੂਜ਼ ਹੁੰਦਾ ਰਾਜੇ ਸਿੰਸ ਅਤੇ ਫੋਰ ਦਾ। ਅਤੇ ਇਦੋਂ ਬਾਅਦ ਸਾਡਾ ਲੱਗਦਾ ਜੀ ਟਾਈਮ, ਇਦੋਂ ਬਾਅਦ ਲੱਗਦਾ ਟਾਈਮ, ਅਤੇ ਜਾਂ ਫਿਰ ਅਜੇ ਕੰਪਲੀਟ ਕੀ ਆਉਂਦਾ ਸਾਡੇ ਕੋਲ? ਪਾਸਟ ਇਨਡੈਫੀਨਟ ਟੈਂਸ ਹੀ ਆ ਜਾਂਦਾ, ਪਾਸਟ ਇਨਡੈਫੀਨਟ ਟੈਂਸ ਹੀ ਆ ਜਾਂਦਾ। ਹੁਣ ਤੱਕ ਆਪਾਂ ਰਟਦੇ ਆਏ ਹਾਂ, ਇੱਕ ਕਹਾਣੀ ਹੈ ਸਾਡੇ ਕੋਲ ਪੁਆਇੰਟ ਆਫ ਟਾਈਮ, ਜਿੱਥੇ ਪੱਕਾ ਸਮਾਜ ਉੱਥੇ ਸਿੰਸ, ਅਤੇ ਜਿੱਥੇ ਕੱਚਾ ਸਮਾਜ ਰਾਜੇ ਉੱਥੇ ਕੀ ਆ ਫੋਰ। ਬਿਲਕੁਲ ਸਹੀ ਹੋ ਤੁਸੀਂ, ਬਟ ਹੁਣ ਰਟਣਾ ਨਹੀਂ ਰਾਜੇ, ਕੁਛ ਮੈਂ ਐਗਜ਼ੈਂਪਲ ਲਿਖਿਆ, ਮੈਂ ਰਾਜੇ ਪੰਜਾਬੀ ਦੇ ਵਿੱਚ ਐਗਜ਼ੈਂਪਲ ਲਿਖੀਆਂ। ਉਹ 2 ਘੰਟਿਆਂ ਤੋਂ, ਉਹ 2 ਘੰਟਿਆਂ ਤੋਂ ਖੇਡ ਰਿਹਾ ਸੀ, ਉਹ 2 ਘੰਟਿਆਂ ਤੋਂ ਖੇਡ ਰਿਹਾ ਸੀ। ਫਿਰ ਅਜੇ ਮੈਂ ਲਿਖਣ ਦੀ ਕੋਸ਼ਿਸ਼ ਕੀਤੀ, ਉਹ 2 ਘੰਟਿਆਂ ਤੋਂ ਖੇਡ ਰਿਹਾ ਸੀ, ਫਿਰ ਮੈਂ ਲਿਖਣ ਦੀ ਕੋਸ਼ਿਸ਼ ਕੀਤੀ, ਉਹ ਸਵੇਰ ਤੋਂ ਖੇਡ ਰਿਹਾ ਸੀ ਜਾਂ ਖੇਡ ਰਿਹਾ ਹੈ ਨਾ। ਦੋਨਾਂ ਦੇ ਵਿੱਚ ਮੈਂ 1 ਘੰਟਿਆਂ ਦਾ ਜ਼ਿਕਰ ਕਰਤਾ, ਇੱਕ ਮੈਂ ਸਵੇਰ ਦਾ ਜ਼ਿਕਰ ਕਰਤਾ। ਹੁਣ ਪਹਿਲਾਂ ਮੈਨੂੰ ਇਹ ਦੱਸੋ,
ਵੀ 2 ਘੰਟਿਆਂ ਦੇ ਵਿੱਚ ਕੋਈ ਐਗਜ਼ੈਕਟ ਤੁਹਾਨੂੰ ਕੁਝ ਦਿਸ ਰਿਹਾ ਵੀ ਕਿਹੜੇ 2 ਘੰਟੇ? ਹੁਣ ਤੁਹਾਡਾ ਪ੍ਰਸ਼ਨ ਆ ਜਾਊਗਾ ਵੀ ਸਰ ਇਦਾਂ ਮਾਰਨਿੰਗ ਨੂੰ ਵੀ ਕਹਿੰਦੇ ਵੀ ਕਿਹੜੀ ਮਾਰਨਿੰਗ ਰਾਜੇ? ਮਾਰਨਿੰਗ ਤਾਂ ਫਿਕਸ ਹੈ, ਮਾਰਨਿੰਗ ਫਿਕਸ ਹੈ ਕਿ ਨਹੀਂ ਹੈਗੀ? ਮੈਂ ਇੱਥੇ ਲਿਖ ਦਿੰਦਾ ਉਹ ਕਈ ਦਿਨਾਂ ਤੋਂ ਖੇਡ ਰਿਹਾ ਸੀ ਜਾਂ ਕਈ ਦਿਨਾਂ ਤੋਂ ਪੜ੍ਹ ਰਿਹਾ ਸੀ। ਹੁਣ ਕਈ ਦਿਨਾਂ ਦੇ ਵਿੱਚ ਐਗਜ਼ੈਕਟ ਨਹੀਂ ਨਾ ਪਤਾ 3 ਦਿਨ ਹੈ, 4 ਦਿਨ ਹੈ ਕਿ 5 ਦਿਨ। ਮੈਂ ਰਾਜੇ ਇੱਥੇ ਕਹਿੰਦਾ ਉਹ ਸੋਮਵਾਰ ਤੋਂ ਪੜ੍ਹਾਈ ਕਰ ਰਿਹਾ ਸੀ। ਸੋਮਵਾਰ ਮਤਲਬ ਰਾਜੇ ਕੀ ਹੋ ਗਿਆ? ਇੱਕ ਪੁਆਇੰਟ ਬਣ ਗਿਆ, ਫਿਕਸ ਬਣ ਗਿਆ। ਹੁਣ ਮੈਂ ਤੁਹਾਨੂੰ ਫੰਕਸ਼ਨ ਅਲੱਗ ਤੋਂ ਵੀ ਲਿਖਵਾ ਦੂੰਗਾ ਜੇ ਕਿਸੇ ਨੇ ਰਟਨ ਨਹੀਂ ਹੈ, ਮਤਲਬ ਉਹਨੂੰ ਨਹੀਂ ਯਾਦ, ਉਹ ਨਹੀਂ ਸਮਝਣਾ ਚਾਹੁੰਦਾ ਤਾਂ ਗੱਲ ਵੱਖਰੀ ਹੈ। ਬਟ 2 ਮਿੰਟਾਂ ਦੇ ਵਿੱਚ ਤੁਹਾਨੂੰ ਸਾਰੀ ਦੀ ਸਾਰੀ ਕਹਾਣੀ ਸਮਝ ਆ ਜੂਗੀ ਕਿੱਥੇ ਸੈਂਸ ਤੇ ਕਿੱਥੇ ਫੋਰ। ਦੇਖੋ ਰਾਜੇ ਟਾਈਮ ਹੈ ਨਾ ਜਿਹੜਾ, ਟਾਈਮ ਜੇਕਰ ਮੈਂ ਟਾਈਮ ਨੂੰ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਇੱਕ ਤਾਂ ਇਹ ਬਣਦਾ ਪੁਆਇੰਟ, ਇੱਕ ਤਾਂ ਬਣਦਾ ਸਾਡੇ ਕੋਲ ਸਿੱਧਾ ਪੁਆਇੰਟ। ਔਰ ਇੱਕ ਜੇਕਰ ਮੈਂ ਇਹਨੂੰ ਦੂਸਰੇ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕਰੀ ਨਾ, ਜਦੋਂ ਮੈਂ ਦੂਸਰੇ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕਰੀ ਰਾਜੇ, ਇੱਕ ਟਾਈਮ ਦੀ ਬਣਦੀ ਹੈ ਲੈਂਥ। ਟਾਈਮ ਕੀ ਬਣਾ ਦਿੰਦਾ ਆਪਣੇ ਆਪ ਦੇ ਵਿੱਚ? ਟਾਈਮ ਰਾਜੇ ਆਪਣੇ ਆਪ ਦੇ ਵਿੱਚ ਕੀ ਬਣਾ ਲੈਂਦਾ? ਲੈਂਥ ਬਣਾ ਲੈਂਦਾ, ਜਿਹਨੂੰ ਤੁਸੀਂ ਡੂਰੇਸ਼ਨ ਵੀ ਕਹਿ ਸਕਦੇ ਹੋ। ਹੁਣ ਲੈਂਥ ਦੇਖੋ, ਸਵੇਰ ਦਾ ਮਤਲਬ ਮਾਰਨਿੰਗ ਹੋ ਗਿਆ ਨਾ, ਇੱਕ ਪੁਆਇੰਟ ਹੈ ਸਾਡੇ ਕੋਲੇ, ਇੱਕ ਕੀ ਹੈ ਸਾਡੇ ਕੋਲੇ ਮਾਰਨਿੰਗ ਕੀ ਹੈ? ਇੱਕ ਪੁਆਇੰਟ ਹੈ ਪੱਕਾ ਫਿਕਸ ਨਾ। ਹੁਣ 2 ਘੰਟੇ ਦੇਖੋ ਰਾਜੇ, 2 ਘੰਟੇ, 2 ਘੰਟੇ ਦਾ ਲਓ ਜੀ 1 ਵਜੇ ਤੋਂ ਲੈ ਕੇ 2 ਵਜੇ ਤੱਕ, ਫਿਰ 3 ਵਜੇ ਤੱਕ, ਟਾਈਮ ਦੀ ਗੱਲ ਕਰਾਂ ਤਾਂ ਟਾਈਮ ਦੀ ਇੱਕ ਕੀ ਬਣ ਰਹੀ ਹੈ? ਲੈਂਥ ਬਣ ਰਹੀ ਹੈ ਕਿ ਨਹੀਂ ਬਣ ਰਹੀ? ਬਸ ਇਸ ਚੀਜ਼ ਨੂੰ ਫੋਲੋ ਕਰੋ ਧਿਆਨ ਦੇ ਨਾਲ, ਕਦੇ ਵੀ ਪੇਪਰ ਦੇ ਵਿੱਚ ਤੁਸੀਂ ਗਲਤ ਨਹੀਂ ਕਰੋਗੇ, ਕਦੇ ਵੀ ਪੇਪਰ ਦੇ ਵਿੱਚ ਗਲਤ ਨਹੀਂ ਕਰੋਗੇ। ਦੇਖੋ ਜਿੱਥੇ ਪੁਆਇੰਟ ਬਣ ਰਿਹਾ, ਮੈਂ ਕੁਛ ਹੋਰ ਐਗਜ਼ਾਮਪਲ ਤੁਹਾਡੇ ਨਾਲ ਸਾਂਝੀਆਂ ਕਰਦਾ। ਉਹ 1990 ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਿਹਾ ਹੈ, 1990 ਇੱਕ ਪੁਆਇੰਟ ਹੈ, ਐਗਜ਼ੈਕਟ ਐਗਜ਼ੈਕਟ ਟਾਈਮ ਹੈ, ਬਿਲਕੁਲ ਸਹੀ ਹੈ। 1990 ਕੀ ਬਣੀ ਜਾਂਦਾ? 1990 ਰਾਜੇ ਕੀ ਬਣੀ ਜਾਂਦਾ? 1990 ਕੀ ਬਣੀ ਜਾਂਦਾ? ਇੱਕ ਪੁਆਇੰਟ ਬਣੀ ਜਾਂਦਾ। ਤੇ ਜਦੋਂ ਹੀ ਪੁਆਇੰਟ ਬਣਦਾ ਹੁੰਦਾ ਉਦੋਂ ਕੀ ਹੁੰਦਾ ਹੁੰਦਾ? ਸਾਡਾ ਸੈਂਸ ਹੁੰਦਾ ਹੁੰਦਾ। ਤੇ ਜਦੋਂ ਹੀ ਰਾਜੇ ਕੀ ਬਣਦੀ ਹੁੰਦੀ ਹੈ? ਲੈਂਥ ਬਣਦੀ ਹੁੰਦੀ ਹੈ ਜਾਂ ਡੂਰੇਸ਼ਨ ਬਣਦੀ ਹੁੰਦੀ ਹੈ? ਜਦੋਂ ਹੀ ਲੈਂਥ ਜਾਂ ਡੂਰੇਸ਼ਨ ਬਣਦੀ ਹੁੰਦੀ ਹੈ ਉਦੋਂ ਸਾਡਾ ਕੀ ਬਣਦਾ ਹੁੰਦਾ ਭਾਈ? ਫੋਰ ਬਣਦਾ ਹੁੰਦਾ। ਮੈਂ ਕਿਹਾ ਜੀ ਉਹ 10 ਸਾਲਾਂ ਤੋਂ ਸਕੂਲ ਦੇ ਵਿੱਚ ਪੜ੍ਹਾ ਰਿਹਾ ਹੈ। ਤੁਸੀਂ ਕਹੋਗੇ ਸਰ 10 ਸਾਲ ਤਾਂ ਸਾਨੂੰ ਐਂ ਲੱਗਦਾ ਜਿਵੇਂ ਫਿਕਸ ਸਮਾਂ ਹੋ ਗਿਆ। ਨਹੀਂ ਭਾਈ, 10 ਸਾਲਾਂ ਦੇ ਵਿੱਚ ਮੰਨ ਲਓ ਅੱਜ ਮੈਂ ਖੜਾ, ਉਹਨੇ ਹੋ ਸਕਦਾ ਜੁਆਇਨ ਤਾਂ ਕਰ ਲਿਆ ਹੋਵੇ, ਲੱਗਦਾ 10 ਸਾਲ ਹੀ ਰਹੇ ਹੋਣ, ਬਟ ਹੋ ਸਕਦਾ 9.5 ਸਾਲ ਹੀ ਹੋਏ ਹੋਣ, ਹੋ ਸਕਦਾ 10 ਸਾਲਾਂ ਦੇ ਵਿੱਚ 1 ਦਿਨ ਵੀ ਰਹਿੰਦਾ ਹੋਵੇ। ਬਟ ਫਿਰ ਵੀ ਤੁਸੀਂ ਦੇਖੋ 10 ਸਾਲਾਂ ਦੀ ਕੀ ਬਣ ਰਹੀ ਹੈ? ਇੱਕ ਲੈਂਥ ਬਣ ਰਹੀ ਹੈ। 10 ਸਾਲਾਂ ਦੀ ਕੀ ਬਣ ਰਹੀ ਹੈ? ਇੱਕ ਲੈਂਥ ਬਣ ਰਹੀ ਹੈ। ਤੇ ਜਿੱਥੇ ਵੀ ਲੈਂਥ ਬਣੂਗੀ ਰਾਜੇ ਟਾਈਮ ਦੀ, ਉੱਥੇ ਆਲਵੇਜ਼ ਕਿਹਦਾ ਯੂਜ਼ ਕਰਨਾ? ਫੋਰ ਦਾ ਯੂਜ਼ ਕਰਨਾ। ਆਲਵੇਜ਼ ਕਿਹਦਾ ਯੂਜ਼ ਕਰਨਾ? ਵੀ ਫੋਰ ਦਾ। ਇੱਕ ਰਾਜੇ ਮੈਂ ਸੈਂਟੈਂਸ ਬੋਲਿਆ, ਉਹ ਸਵੇਰੇ 1 ਵਜੇ ਤੋਂ, ਸਵੇਰ ਨਾ ਕਹਿ ਗਏ, ਉਹ 1 ਵਜੇ ਤੋਂ ਪੜ੍ਹ ਰਿਹਾ ਹੈ, ਉਹ 1 ਵਜੇ ਤੋਂ ਪੜ੍ਹ ਰਿਹਾ ਹੈ। 1 ਵਜੇ, 1 ਦਾ ਜਿਹੜਾ ਸਮਾਂ ਪੁਆਇੰਟ ਹੈਗਾ ਕਿ ਨਹੀਂ ਹੈਗਾ? ਯੈਸ ਔਰ ਨੋ ਤੁਹਾਨੂੰ ਪੁੱਛ ਰਿਹਾ, ਵੀ ਦੱਸੋ ਜ਼ਰਾ ਯੈਸ ਔਰ ਨੋ। ਯੈਸ, ਤਾਂ ਜਿਹੜਾ ਸਾਡਾ 1 ਵਜੇ ਦਾ ਸਮਾਂ ਪੁਆਇੰਟ ਹੈ, ਬਹੁਤ ਸਾਰੇ ਪ੍ਰਸ਼ਨ ਆਉਂਦੇ ਰਾਜੇ ਜਿੱਥੇ ਕੋਈ ਇਸੇ ਚੀਜ਼ ਦੇ ਵਿੱਚ ਮੈਂ ਦੇਖਦਾ ਜਾਂ ਕੋਈ ਵੀ ਟੀਚਰ ਦੇਖਦਾ ਕਿ ਇਸ ਟੋਪਿਕ ਦੇ ਉੱਤੋਂ ਜ਼ਿਆਦਾ ਪ੍ਰਸ਼ਨ ਆਉਂਦੇ ਹੈ, ਤਾਂ ਫਿਰ ਉਸ ਟੋਪਿਕ ਦੀ ਗੱਲ ਆ ਜਿਹੜੀ ਸਾਨੂੰ ਵਧੀਆ ਤਰੀਕੇ ਨਾਲ ਕਰਨੀ ਬਣਦੀ ਹੈ ਅਤੇ ਕਰਨੀ ਵੀ ਚਾਹੀਦੀ ਹੈ। ਤਾਂ ਕਰਕੇ ਕਿਉਂ ਫੋਕਸ ਕੀਤਾ ਇਹਦੇ ਉੱਤੇ ਪਹਿਲਾਂ ਹੀ ਮੈਂ, ਕਿਉਂਕਿ ਸੈਂਸ ਅਤੇ ਫੋਰ ਦੇ ਉੱਤੋਂ ਸਾਨੂੰ ਬਹੁਤ ਸਾਰੇ ਕੀ ਆਉਂਦੇ ਆ ਭਾਈ, ਪ੍ਰਸ਼ਨ ਆਉਂਦੇ ਆ, ਅਤੇ ਬੱਚਾ ਅਕਸਰ
ਉਹ ਰਟੀ ਬੈਠਾ ਕਿੰਨਾ ਕੁ ਰਟੋਗੇ, ਕੀ ਰਟੋਗੇ ਰਾਜੇ? ਤੁਸੀਂ ਇਗਜ਼ਾਮ ਦੇਣਾ, ਤੁਸੀਂ ਮੈਥ ਵੀ ਪੜ੍ਹਨਾ, ਤੁਸੀਂ ਰੀਜ਼ਨਿੰਗ ਵੀ ਪੜ੍ਹਨਾ, ਤੁਸੀਂ ਜੀਕੇ ਵੀ ਪੜ੍ਹਨੀ ਹੈ, ਹੈ ਨਾ? ਅਤੇ ਜੇਕਰ ਤੁਸੀਂ ਇਹਨੂੰ ਵੀ ਰਟਣ ਲੱਗ ਗਏ, ਇਹ ਤੋਂ ਤਾਂ ਪੈਸੇ ਬੱਚਾ ਪਹਿਲਾਂ ਡਰਦਾ ਹੁੰਦਾ, ਅਤੇ ਰਟਣ ਵਾਲੀ ਤਾਂ ਫਿਰ ਕਹਾਣੀ ਹੀ ਚੰਗੀ ਨਹੀਂ ਲੱਗਦੀ ਭਾਈ ਸਾਨੂੰ। ਠੀਕ ਹੈ ਜੀ, ਜਿੱਥੇ ਪੁਆਇੰਟ ਬਣੇਗਾ ਦੋਸਤੋ, ਜਿੱਥੇ ਪੁਆਇੰਟ ਬਣੇਗਾ ਕੀ ਆਏਗਾ ਵੀ ਸੈਂਸ ਆਏਗਾ, ਜਿੱਥੇ ਰਾਜੇ ਲੈਂਥ ਜਾਂ ਡੂਰੇਸ਼ਨ ਬਣੇਗੀ। ਬਸ ਇਹ ਲੈਂਥ ਨੂੰ ਵੀ ਛੱਡੋ ਰਾਜੇ, ਜਿੱਥੇ ਸਮਾਂ ਲਾਈਨ ਬਣ ਗਿਆ, ਬਸ ਜਿੱਥੇ ਸਮਾਂ ਤੁਹਾਡਾ ਕੀ ਬਣ ਗਿਆ, ਲਾਈਨ ਬਣ ਗਿਆ, ਉੱਥੇ ਸਾਡਾ ਕੀ ਆਏਗਾ ਵੀ ਫੋਰ ਆਏਗਾ। ਇੱਕ ਵਾਰੀ ਤਾਂ ਤੁਸੀਂ ਇਹਦੇ ਉੱਪਰ ਅਜੇ ਝਾਤ ਮਾਰ ਲਓ, ਫਿਰ ਮੈਂ ਇਹਦੇ ਫੰਕਸ਼ਨ ਵੀ ਤੁਹਾਨੂੰ ਲਿਖਵਾ ਦਿੰਦਾ, ਬਸ ਉਸ ਤੋਂ ਬਾਅਦ ਆਪਾਂ ਕਲਾਸ ਦਾ ਐਂਡ ਕਰਾਂਗੇ। ਚਲੋ, ਇਹ ਸੈਂਸ ਨੂੰ ਸਭ ਤੋਂ ਪਹਿਲਾਂ ਜਦੋਂ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਸੈਂਸ ਦੇ ਕਿਹੜੇ ਕਿਹੜੇ ਫੰਕਸ਼ਨ ਬਣ ਜਾਣਗੇ, ਤਾਂ ਸਭ ਤੋਂ ਪਹਿਲਾਂ ਫੰਕਸ਼ਨ ਬਣ ਗਿਆ ਡੇ ਨੇਮ ਲਿਖਿਆ ਜੇ, ਡੇਜ਼ ਨੇਮ। ਮੈਂ ਕਿਹਾ ਕਿ ਉਹ ਸੋਮਵਾਰ ਤੋਂ ਮੰਗਲਵਾਰ ਤੋਂ ਬੋਲਣ ਦੀ ਕੋਸ਼ਿਸ਼ ਕਰੇ, ਮੈਂ ਲਿਖਿਆ ਮੰਡੇ ਤੋਂ, ETC ਰਾਜੀ। ਰਾਜੇ ਮੰਥ ਨੇਮ ਲਿਖਿਆ ਆ ਜੇ, ਮੰਥ ਨੇਮ ਲਿਖਿਆ ਆ ਜੇ, ਲਿਖਿਆ ਰਾਜੇ ਮਾਰਚ, ETC। ਉਹ ਮਾਰਚ ਤੋਂ ਇਸ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਹੈ। ਰਾਜੇ ਕੋਈ ਸਪੈਸੀਫਿਕ ਜਾਂ ਡੇਟ ਕਹਿ ਦੇ, ਸਾਨੂੰ ਡੇਟ ਮੈਂਸ਼ਨ ਕਰਦੇ, ਡੇਟ ਮੈਂਸ਼ਨ, ਜਿੱਦਾਂ ਡੇਟ ਮੈਂਸ਼ਨ ਉਹ ਕਰਦੇ, ਬਟ ਹੈ ਸਾਰਾ ਪੁਆਇੰਟ ਹੀ, ਉਹ ਕਹਿੰਦੇ 5th January। 5th January ਵੀ ਸਾਡਾ ਕੀ ਬਣ ਗਿਆ ਵੀ ਪੁਆਇੰਟ ਆਫ ਟਾਈਮ ਬਣ ਗਿਆ। ਉਦੋਂ ਬਾਅਦ ਰਾਜੇ ਸਾਨੂੰ ਕੀ ਲਿਖਦੇ, ਉਹ ਈਅਰ ਲਿਖਦੇ, ਈਅਰ ਮਤਲਬ 1990 ਤੋਂ, 2000 ਤੋਂ, ਐਟਸੈਟਰਾ। ਉਸ ਤੋਂ ਬਾਅਦ ਪੰਜਵਾਂ ਜਿਹੜਾ ਫੰਕਸ਼ਨ ਹੈਗਾ ਜੀ ਸਾਡੇ ਕੋਲੇ, ਪੰਜਵਾਂ ਫੰਕਸ਼ਨ ਤੁਸੀਂ ਲਿਖਣ ਦੀ ਕੋਸ਼ਿਸ਼ ਕਰੋਗੇ, ਪੰਜਵਾਂ ਫੰਕਸ਼ਨ ਹੈਗਾ ਜੀ ਸਾਡੇ ਕੋਲੇ ਰਾਜੇ ਸਿੰਸ ਤੋਂ ਬਾਅਦ, ਰੱਟ ਲਿਓ ਵੀ, ਅਗਰ ਕੋਈ ਕੰਪਲੀਟ ਟੈਂਸ ਆਏਗਾ, ਪਾਸਟ ਇਨਡੈਫੀਨਟ ਆਏਗਾ, ਕੋਈ ਕੰਪਲੀਟ ਟੈਂਸ ਆਏਗਾ, ਉਹ ਸਾਡਾ ਹੋਏਗਾ ਭਾਈ ਪਾਸਟ ਇਨਡੈਫੀਨਟ। ਰਾਜੇ ਇੱਥੇ ਫੋਰ ਲਾ ਕੇ ਦੇਊਗਾ ਪੇਪਰ ਦੇ ਵਿੱਚ, ਔਰ ਉਹਦੇ ਪਾਸਟ ਇਨਡੈਫੀਨਟ ਪਿਆ ਹੋਊਗਾ। ਪਾਸਟ ਇਨਡੈਫੀਨਟ ਸਪੈਸੀਫਿਕ ਸਮਾਂ ਹੁੰਦਾ, ਜਦੋਂ ਮੈਂ ਕਲਾਸ ਵਿੱਚ ਪਹੁੰਚਿਆ, ਟੀਚਰ ਪੜ੍ਹਾ ਰਿਹਾ ਸੀ, ਤਾਂ ਜਦੋਂ ਕਲਾਸ ਦੇ ਵਿੱਚ ਪਹੁੰਚਿਆ ਉਦੋਂ ਇੱਕ ਸਪੈਸੀਫਿਕ ਟਾਈਮ ਹੋਊਗਾ ਪਾਸਟ ਇਨਡੈਫੀਨਟ। ਫਿਰ ਰਾਜੇ ਛੇਵਾਂ ਫੰਕਸ਼ਨ ਲਿਖਣ ਦੀ ਕੋਸ਼ਿਸ਼ ਕਰਾਂਗੇ, ਸਿੰਸ ਪਲੱਸ ਕਰੇਗਾ ਵੀ ਰਾਜੇ ਲਾਸਟ ਮੰਥ ਲਿਖਿਆ ਆ ਜੇ, ਲਾਸਟ ਡੇ ਲਿਖਿਆ ਆ ਜੇ, ਲਾਸਟ ਜੀਅਰ ਲਿਖਿਆ ਆ ਜੇ, ਤਾਂ ਵੀ ਸਿੰਸ ਹੈ। ਬਸ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਵੀ ਇੱਥੇ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਰਾਜੇ, ਇਹਦੇ ਵਿੱਚ ਲਾਸਟ ਤੋਂ ਬਾਅਦ ਕੋਈ ਨੰਬਰਿੰਗ ਨਹੀਂ ਹੋਣੀ ਚਾਹੀਦੀ, ਯਾਨੀ ਕਿ 1, 2 ਜਾਂ ਕੋਈ ਆਰਟੀਕਲ ਨਹੀਂ ਲੱਗਿਆ ਹੋਣਾ ਚਾਹੀਦਾ, ਕਿਉਂਕਿ ਜੇ ਇਹ ਲੱਗ ਗਿਆ 1, 2, 3 ਜਾਂ ਆਰਟੀਕਲ, ਫਿਰ ਇਸ਼ਾਰਾ ਕਿਹਦੇ ਵੱਲ ਹੋਜੂਗਾ, ਫੋਰ ਵੱਲ ਹੋਜੂਗਾ। ਫਿਰ ਭਾਈ ਇਸ਼ਾਰਾ ਜਿਹੜਾ ਕਿਹਦੇ ਵੱਲ ਹੋਜੂਗਾ, ਫੋਰ ਵੱਲ ਹੋਜੂਗਾ। ਲਾਸਟ 1 month ਨਹੀਂ ਲਿਖ ਸਕਦਾ, ਫਿਰ ਕੀ ਆਜੂਗਾ, ਫੋਰ ਲਾਸਟ 1 month ਆਜੂਗਾ, ਫਿਰ ਆ ਜਾਏਗਾ ਸਾਡਾ ਫੋਰ ਲਾਸਟ 1 month ਆ ਜਾਏਗਾ ਭਾਈ। ਇੰਨੀ ਇੱਕ ਵਾਰੀ ਤੁਸੀਂ ਝਾਤ ਮਾਰੋ ਜਰਾ, ਕਿੰਨੇ ਫੰਕਸ਼ਨ ਲਿਖਤੇ ਵੀ ਮੈਂ ਲਿਖਤੇ 6 ਫੰਕਸ਼ਨ ਇਹਦੇ ਸਿੰਸ ਦੇ, ਔਰ ਸਾਰੇ ਦੇ ਸਾਰੇ ਕੀ ਬਣਾ ਰਹੇ ਹੈ, ਸਾਰੇ ਦੇ ਸਾਰੇ ਕੀ ਬਣਾ ਰਹੇ ਹੈ ਭਾਈ, ਐਗਜੈਕਟ ਪੁਆਇੰਟ ਬਣਾ ਰਹੇ ਹੈ। ਨੈਕਸਟ ਵਾਰੀ ਮੈਂ ਲਿਖਣ ਦੀ ਕੋਸ਼ਿਸ਼ ਕੀਤੀ, ਪਹਿਲਾਂ 7th ਫੰਕਸ਼ਨ ਮੈਂ ਲਿਖਣ ਦੀ ਕੋਸ਼ਿਸ਼ ਕੀਤੀ, ਕੋਈ ਤੁਹਾਡੇ ਕੋਲ ਫੈਸਟੀਵਲ ਨੇਮ ਆ ਜੇ ਰਾਜੇ, ਤਾਂ ਫੈਸਟੀਵਲ ਨੇਮ ਕਿਹੜੇ ਕਿਹੜੇ ਹੁੰਦੇ ਆ ਭਾਈ, ਜਿੱਦਾਂ ਕਿ ਆਪਾਂ ਕਹਿ ਦੇ ਦੀਵਾਲੀ, ਨੈਕਸਟ ਆਪਾਂ ਕਹਿ ਸਕਦੇ ਕਿ ਆ ਜੇ ਹੋਲੀ ਲਿਖਿਆ ਆ ਜੇ, ਐਟਸੈਟਰਾ।
ਉਸ ਤੋਂ ਬਾਅਦ ਰਾਜੇ ਸਟੇਜ ਸਟੇਜਸ ਆਫ ਏਜ, ਏਜ ਦੀਆਂ ਕੀ ਆ ਜਾਣ ਸਾਡੇ ਕੋਲ ਸਟੇਜਸ ਆ ਜਾਣ। ਉਹ ਬਚਪਨ ਤੋਂ ਸਰਦੂਲਗੜ੍ਹ ਸਿਟੀ ਦੇ ਵਿੱਚ ਰਹਿ ਰਿਹਾ ਹੈ, ਬਚਪਨ ਤੋਂ। ਬਚਪਨ ਉਹਦਾ ਸਪੈਸੀਫਿਕ ਇੱਕ ਪੁਆਇੰਟ ਬਣਦਾ ਕਿ ਨਹੀਂ ਬਣਦਾ, ਤਾਂ ਸਿੰਸ ਚਾਈਲਡਹੁੱਡ, ਤਾਂ ਕੀ ਆ ਗਿਆ ਰਾਜੇ ਚਾਈਲਡਹੁੱਡ, ਅਡਲਟਹੁੱਡ ਐਟਸੈਟਰਾ। ਅੱਠਵਾਂ ਫੰਕਸ਼ਨ ਆ ਗਿਆ ਜੀ ਸਾਡੇ ਕੋਲ, ਔਰ ਇਹੀ ਰਾਜੇ ਜੋ ਅੱਠ ਫੰਕਸ਼ਨ ਨੇ ਇੰਪੋਰਟੈਂਟ ਨੇ, ਸਾਰਿਆਂ ਦੇ ਵਿੱਚ ਪੁਆਇੰਟ ਬਣਦਾ, ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਬਸ ਜਿੱਥੇ ਵੀ ਤੁਹਾਨੂੰ ਰਟਣਾ ਨਹੀਂ ਹੈ, ਜਿੱਥੇ ਵੀ ਪੁਆਇੰਟ ਨਜ਼ਰ ਆਵੇ ਉੱਥੇ ਤੁਸੀਂ ਕਿਹਦਾ ਇਸਤੇਮਾਲ ਕਰੋਗੇ, ਵੀ ਸਿੰਸ ਦਾ ਯੂਜ਼ ਕਰੋਗੇ। ਤਾਂ ਹੁਣ ਨੈਕਸਟ 'ਤੇ ਮੈਂ ਤੁਹਾਨੂੰ 2 ਮਿੰਟਾਂ ਦੇ ਵਿੱਚ ਰਾਜੇ ਫੋਰ ਕਲੀਅਰ ਕਰਵਾ ਦੇਣਾ। ਫੋਰ ਬੜਾ ਹੀ ਸਿੰਪਲ ਹੈ, ਔਰ ਇੱਕ ਤਾਂ ਤੁਹਾਨੂੰ ਦੱਸ ਹੀ ਦਿੱਤਾ ਜਿੱਥੇ ਰਾਜੇ ਇੱਕ ਲੈਂਥ ਬਣੇ। ਤਾਂ ਜਿਵੇਂ ਮੈਂ ਲਿਖਣ ਦੀ ਕੋਸ਼ਿਸ਼ ਕਰਾਂ, ਰਾਜੇ ਮੈਂ ਲਿਖਿਆ ਫੋਰ ਪਲੱਸ ਫੋਰ ਆ ਮੂਵਮੈਂਟ, ਫਿਰ ਮੈਂ ਲਿਖਿਆ ਰਾਜੇ ਫੋਰ ਪਲੱਸ ਆ ਵਾਇਲ, ਫੋਰ ਫਿਊ ਡੇਜ਼, ਸਮ ਡੇਜ਼ ਐਟਸੈਟਰਾ। ਮੈਂ ਰਾਜੇ ਫਿਊ ਦੇ ਨਾਲ ਅਤੇ ਸਮ ਦੇ ਨਾਲ ਡੇਜ਼ ਲਿਖ ਲਿਆ। ਫਿਊ ਮੰਥਸ ਵੀ ਆ ਸਕਦਾ, ਫਿਊ ਈਅਰਸ ਵੀ ਆ ਸਕਦਾ, ਬਸ ਕੁਛ ਵੀ ਆ ਜਾਏ ਤੁਸੀਂ ਯਾਦ ਰੱਖਿਓ। ਫਿਊ ਦੇ ਨਾਲ ਡੇਜ਼ ਆ ਜਾਏ, ਮੰਥ ਆ ਜਾਏ, ਆਰਸ ਆ ਜਾਏ, ਘੰਟੇ ਆ ਜਾਣ, ਸਾਰਿਆਂ ਦੇ ਨਾਲ ਹੀ ਆਪਾਂ ਕੀ ਲਾ ਦਾਂਗੇ, ਫਿਰ ਫੋਰ ਦਾ ਯੂਜ਼ ਕਰਾਂਗੇ। ਜੋ ਇੰਪੋਰਟੈਂਟ ਗੱਲ ਹੈ ਜ਼ਰਾ ਉਹਨੂੰ ਹੁਣ ਸਿੱਖਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਮੈਂ ਰਾਜੇ ਕਿਹਾ ਸੀਗਾ ਫੋਰ, ਮੈਂ ਇੱਥੇ ਤੁਹਾਨੂੰ ਇੱਕ ਚੀਜ਼ ਸਿਖਾਈ ਸੀ ਕਿ ਕੀ ਲਿਖਿਆ ਆ ਜਾਏ, ਵੀ ਲਾਸਟ ਮੰਥ ਲਿਖਿਆ ਆ ਜਾਏ, ਈਅਰ ਲਿਖਿਆ ਆ ਜਾਏ, ਤਾਂ ਕੀ ਲਾਵਾਂਗੇ ਭਾਈ? ਤੁਹਾਨੂੰ ਪੁੱਛਣਾ ਵੀ ਕੀ ਲਾਵਾਂਗੇ, ਤੁਸੀਂ ਕਹੋਗੇ ਸਰ ਸਿੰਸ ਲਾਵਾਂਗੇ, ਬਿਲਕੁਲ ਸਿੰਸ ਲਾਵਾਂਗੇ। ਬਟ ਜੇ ਆਰਟੀਕਲ ਦਾ ਆ ਜਾਏ, ਜੇ ਆਰਟੀਕਲ ਦਾ ਆ ਜਾਏ ਨਾ, ਤਾਂ ਰਾਜੇ ਕਿਹਦਾ ਯੂਜ਼ ਹੋਏਗਾ? ਫੋਰ ਦਾ ਯੂਜ਼ ਹੋਏਗਾ। ਇਹਦੇ ਪਿੱਛੇ ਰੀਜ਼ਨ ਹੈ, ਰੀਜ਼ਨ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰੂੰਗਾ ਤੁਹਾਡੇ ਨਾਲ, ਫਿਲਹਾਲ ਦੇ ਲਈ ਇੰਨਾ ਹੀ ਯਾਦ ਰੱਖੋ ਫੋਰ ਤੋਂ ਬਾਅਦ। ਅੱਛਾ, ਫਿਰ ਅਜੇ ਫੋਰ ਦਾ ਇੱਕ ਹੋਰ ਕੰਸੈਪਟ ਆ ਗਿਆ, ਫੋਰ ਲਾਸਟ। ਮੈਂ ਦੱਸਿਆ ਸੀ ਇੱਥੇ ਕੋਈ ਨੰਬਰਿੰਗ ਆ ਜਾਏ, ਕੋਈ ਨੰਬਰ ਲਿਖਿਆ ਆ ਜਾਏ ਤੁਹਾਡੇ ਕੋਲ, 1 ਆ ਜਾਏ, 2 ਆ ਜਾਏ, ਜਾਂ ਕੋਈ ਆਰਟੀਕਲ ਲਾ ਦੇ, ਹੈ ਨਾ ਉਹ। ਔਰ ਇਸ ਤੋਂ ਬਾਅਦ ਉਹ ਕੀ ਲਿਖਦੇ, ਫੋਰ ਲਾਸਟ 1, 2, 3। ਇੱਥੇ ਮੰਥ ਵੀ ਲਿਖ ਸਕਦਾ ਕੋਈ ਵੀ ਨੌਨ, ਇੱਥੇ ਈਅਰ ਵੀ ਲਿਖ ਸਕਦਾ, ਤਾਂ ਵੀ ਕਿਹਦਾ ਯੂਜ਼ ਹੋ ਜਾਏਗਾ ਭਾਈ? ਫੋਰ ਦਾ ਯੂਜ਼ ਹੋ ਜਾਏਗਾ, ਤਾਂ ਵੀ ਕਿਹਦਾ ਯੂਜ਼ ਹੋ ਜਾਏਗਾ, ਵੀ ਫੋਰ ਦਾ ਯੂਜ਼ ਹੋ ਜਾਏਗਾ। ਔਰ ਇਸ ਤੋਂ ਇਲਾਵਾ ਕਿੰਨੇ ਫੰਕਸ਼ਨ ਹੋ ਗਏ? ਵੀ 2, ਜਿੰਨੇ ਮਰਜ਼ੀ ਬਣਾ ਦਈਏ ਰਾਜੇ ਵੰਡਣ ਨੂੰ, ਕੋਈ ਕਮੀ ਨਹੀਂ ਹੈ। ਬਟ ਤੁਸੀਂ ਕਿੱਥੋਂ ਯਾਦ ਰੱਖਣਾ ਹੈ? ਓਨਲੀ ਲੈਂਥ ਤੋਂ। ਇਹਦਾ ਮੈਂ ਹੋਰ ਫੰਕਸ਼ਨ ਬਣਾਉਣ ਦੀ ਕੋਸ਼ਿਸ਼ ਕਰਾਂ, ਫੋਰ ਪਲੱਸ ਮੈਨੀ, ਮੈਨੀ ਈਅਰਸ ਲਿਖਿਆ ਆ ਸਕਦਾ ਈਟੀਸੀ। ਲਓ ਵੀ ਇਹ ਸੀਗੇ ਸਾਡੇ ਸਿੰਸ ਤੇ ਫੋਰ ਰਾਜੇ, ਜਿਹੜੇ ਅੱਜ ਆਪਾਂ ਕੀ ਕੀਤੇ ਆ ਭਾਈ, ਡਿਸਕਸ ਕੀਤੇ ਆ। ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟ ਦੇ ਵਿੱਚ ਆਪਣੀ ਪ੍ਰੋਬਲਮ ਸ਼ੇਅਰ ਕਰਨਾ, ਅਸੀਂ ਰਾਜੇ ਸਲਿਊਸ਼ਨ ਦੇਵਾਂਗੇ ਉਸ ਚੀਜ਼ ਦਾ ਹਰ ਹਾਲ ਦੇ ਵਿੱਚ। ਅਤੇ ਇੱਕ ਗੱਲ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਕੀਤੀ ਸੀ ਕਿ ਚੀਜ਼ਾਂ ਨੂੰ ਰਟਣਾ ਨਹੀਂ ਹੈ, ਮਗਅਪ ਨਹੀਂ ਕਰਨਾ ਹੈ। ਤੁਸੀਂ ਕਿਸੇ ਵੀ ਅਕੈਡਮੀ ਦੇ, ਕਿਸੇ ਵੀ ਟੀਚਰ ਦੇ ਨੋਟਸ ਬੁੱਕਸ ਫੋਲੋ ਕਰ ਰਹੇ ਹੋ, ਔਰ ਉਹਦੇ ਵਿੱਚੋਂ, ਬੁੱਕਸ ਦੇ ਵਿੱਚੋਂ, ਨੋਟਿਸ ਦੇ ਵਿੱਚੋਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ,
ਤਾਂ ਉਹ ਤੁਹਾਡੀ ਪ੍ਰੋਬਲਮ ਹੈ ਜਿਹੜੀ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਔਰ ਅਸੀਂ ਤੁਹਾਨੂੰ ਕੀ ਦੇਵਾਂਗੇ ਸੋਲਿਊਸ਼ਨ ਦੇਵਾਂਗੇ। ਇਹ ਗੱਲ ਇਕੱਲੀ ਇੰਗਲਿਸ਼ ਨਾਲ ਸੰਬੰਧਿਤ ਨਹੀਂ ਹੈ, ਤਾਂ ਜਿੰਨੇ ਵੀ ਸਾਡੀ ਮਤਲਬ ਯੂਟਿਊਬ ਦੇ ਸਾਡੇ ਟੀਚਰ ਸਹਿਬਾਨ ਪੜ੍ਹਾਉਂਦੇ ਨੇ, ਤਾਂ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਸਾਡੇ ਨਾਲ ਸ਼ੇਅਰ ਕਰਨਾ, ਤਾਂ ਤੁਹਾਨੂੰ ਸੋਲਿਊਸ਼ਨ ਮਿਲੇਗਾ। ਅੱਜ ਦੇ ਲਈ ਇੰਨਾ ਹੀ, ਬਹੁਤ ਬਹੁਤ ਧੰਨਵਾਦ।